ਦੇ ਜੇ ਮੁਲਕ ਤੇ ਚਾ ਹੁੰਦੇ ਤੇਰੇ ਨਹੀਂ ਮੈਂ ਸਾਰੇ ਹੀ ਖਰੀਦ ਲਵਾ ਹੱਸੇ ਤੇਰੇ ਜਹਾ ਕਿਤੇ ਮਿਲ ਜਾਵੇ ਵੀ ਤਾਂ ਮੈਂ ਵੇੜੇ ਵਿੱਚ ਬੀਜ ਲਵਾ ਕੇ ਮੈਂ ਕਿ ਮੈਂ ਕਿ ਇਥੋਂ ਲਿਖਣ ਲੱਗ ਪਿਆ ਹਣਾ ਹੁਣ 7th ਕਲਾਸ ਤੋਂ ਬਾਅਦ ਅਸੀਂ 15 ਕੋ ਸਾਲ ਬਾਅਦ ਮਿਲੇ ਤੇ ਫਿਰ ਇਹ ਪਹਿਲਾ ਗਾਣਾ ਸੀ ਜਿਹੜੇ ਇਹਨੇ ਮੈਨੂੰ ਸੁਣਾਇਆ ਸੀ ਅੱਛਾ ਫਿਰ ਲਿਖੇ ਤੇ ਦੇਖੋ 100 150 ਗਾਣਾ ਹੋਰ ਪਿਆ ਹਨ ਤੇ ਇਹ ਲੇਕਿਨ ਅਸੀਂ ਇਹੀ ਕਹਿ ਕੇ ਹੁਣ ਇਹੀ ਕਰਨਾ ਹੈ ਹਨ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਤੁਹਾਡੇ ਇੰਟਰਨਲੀ ਫੀਲਡ ਹੁੰਦੀਆਂ ਉਹਨੂੰ ਤੁਸੀਂ ਕੱਢ ਨਹੀਂ ਸਕਦੇ ਐਂਡ ਰਾਈਟਿੰਗ ਇਜ਼ ਵਨ ਆਫ ਥੈਮ ਮੈਨੂੰ ਸੀਗਾ ਕਿ ਮੈਂ ਲਿਖਣਾ ਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਕਦੇ ਮੈਂ ਰਿਲੀਜ਼ ਵੀ ਕਰਨਾ ਕੁਝ ਮਤਲਬ ਜੋ ਮੈਂ ਫੀਲ ਨਹੀਂ ਕਰ ਸਕਦਾ ਮੈਂ ਲਿਖਦਾ ਮੈਨੂੰ ਜੋ ਫੀਲ ਹੁੰਦਾ ਜੇ ਮੈਨੂੰ ਜੇ ਮੈਂ ਕੈਨੇਡਾ ਨਹੀਂ ਗਿਆ ਤਾਂ ਮੈਂ ਕੈਨੇਡਾ ਕਿਉਂ ਨਹੀਂ ਗਿਆ ਅਸੀਂ ਨਹੀਂ ਦੇਖਿਆ ਕਿ ਸਾਨੂੰ ਪਤਾ ਹੈ ਕਿ ਇਹੋ ਜਿਹੇ ਗਾਣੇ ਤੋਂ ਬਸ ਸ਼ੋਅਜ਼ ਨਹੀਂ ਮਿਲਨੇ ਹਨ ਕਿਤਨਾ ਕਿਤੇ ਕਮਰਸ਼ੀਅਲ ਦੇਖਿਆ ਜਾਵੇ ਸੀਰੀਜ਼ ਨਹੀਂ ਮਿਲਦੀਆਂ ਬਟ ਕੁਝ ਚੀਜ਼ਾਂ ਤਾਂ ਆਪਣੇ ਲਈ ਵੀ ਕਰਨੀਆਂ ਚਾਹੀਦੀਆਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਇਦਾਂ ਦੇ ਹੀ ਗਾਣੇ ਕਰਨੇ ਹਨ ਨਹੀਂ ਸਾਨੂੰ ਕਮਰਸ਼ੀਅਲ ਪੁਆਇੰਟੋਂ ਸੋਚਣਾ ਪੈਂਦਾ ਊੜਾ ਓ ਤੇ ਊੜਾ ਉਸ ਤੋਂ ਅਸੀਂ ਦੂਰ ਨਹੀਂ ਹੋ ਸਕਦੇ ਐੜਾ ਅਖਰੇ ਐੜਾ ਯੱਦਾ ਕਦੇ ਪੂਰੇ ਨਹੀਂ ਹੋ ਸਕਦੇ ਈੜੀ ਇਸ਼ਕ ਤੇ ਈੜੀ ਇੱਕ ਤਰਫਾ ਕਿਤੇ ਦੂਰੇ ਨਹੀਂ ਹੋ ਸਕਦੇ ਸੱਸਾ ਸਬਰ ਮੇਰਾ ਸੱਸਾ ਸ਼ਕਲੀ ਉਹਦੀ ਕਿਤੇ ਹੋਰ ਨਹੀਂ ਹੋ ਸਕਦੇ ਉਹ ਹੈਗੀ ਆ ਇੱਕ ਕ੍ਰੀਏਟੀਵਿਟੀ ਕਿ ਮੈਂ ਕੁਝ ਵੱਖਰੇ ਕਰਾਂ ਚੱਲੇ ਨਾ ਚੱਲੇ अखर सिदू एंड प्रभजोत सिंह बहुत प्यारा गीत मिलते जे मुल होया है कुछ दिन पहला और बहुत अच्छा रिस्पोंस है बड़ी प्यारी वर्डिंग है बड़ा प्यारा प्रोजेक्ट है इस बार गलबात करा स्वागत करते हैं अखर और प्रभजोत का बहुत बहुत स्वागत है ਸੋ ਸਭ ਤੋਂ ਪਹਿਲਾਂ ਤਾਂ ਮਿਲਦੇ ਜੇ ਮੁੱਲ ਤੋਂ ਹੀ ਸ਼ੁਰੂਆਤ ਕਰਨਾ ਚਾਹੂੰਗੀ ਮੈਂ ਚਾਹੂੰਗੀ ਦੋ ਲਾਈਨਾਂ ਪਲੀਜ਼ ਹੋ ਜਾਣ ਮਿਲਦੇ ਜੇ ਮੁੱਲ ਕਿਤੇ ਚਾ ਹੁੰਦੇ ਤੇਰੇ ਨਹੀਂ ਮੈਂ ਸਾਰੇ ਹੀ ਖਰੀਦ ਲਾਵਾਂ ਹਾਸੇ ਤੇਰੇ ਜਿਹਾ ਕਿਤੇ ਮਿਲ ਜਾਵੇ ਬੀਤਾ ਮੈਂ ਵੇੜੇ ਵਿੱਚ ਬੀਜ ਲਾਵਾਂ ਕੁਸ਼ ਤੇਨੂ ਰੱਖੂ ਹਰ ਹਾਲ ਵਿੱਚ ਨਹੀਂ ਅੱਖਰ ਰੱਖੀ ਤੂੰ ਬਸ ਖਿਆਲ ਵਿੱਚ ਨਹੀਂ ਚੱਕ ਕੇ ਤੁਰੇਂਗੀ ਸਦਾ ਤੌਣ ਮੇਰੇ ਨਾਲ ਨੀਵੀ ਪਾਉਣ ਨਹੀਂ ਦਿੰਦਾ ਇੱਕ ਤੂੰ ਤੇ ਮੈਂ ਦੂਜਾ ਪਿਆਰ ਸਾਡਾ ਜਾਣੇ ਤੀਜੀ ਚੀਜ਼ ਸਾਡੇ ਵਿੱਚ ਨਹੀਂ ਮੈਂ ਆਉਣ ਨਹੀਂ ਦਿੰਦਾ ਇੱਕ ਤੂੰ ਤੇ ਮੈਂ ਦੂਜਾ ਪਿਆਰ ਸਾਡਾ ਜਾਣੇ ਤੀਜੀ ਚੀਜ਼ ਸਾਡੇ ਵਿੱਚ ਨਹੀਂ ਮੈਂ ਆਉਣ ਨਹੀਂ ਦਿੰਦਾ ਵਾਹ ਬਹੁਤ ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਹੈ ਲਿਖਿਆ ਵੀ ਤੁਸੀਂ ਆ ਪੈ ਗੀ ਬਹੁਤ ਸੋਹਣਾ ਲਿਖਿਆ ਹੈ ਐਂਡ ਤੁਹਾਡੇ ਵੱਲੋਂ ਪ੍ਰੋਜੈਕਟ ਹੈ ਸੋ ਇਹ ਪ੍ਰੋਜੈਕਟ ਬਾਰੇ ਜਾਨਣਾ ਚਾਹੂੰਗੀ ਕਿਵੇਂ ਕਿਵੇਂ ਪਲਾਨ ਹੋਇਆ ਕਿਵੇਂ ਬਣਿਆ ਔਰ ਤੁਹਾਡੇ ਦੋਨਾਂ ਦੀ ਆਪਸੀ ਮੁਲਾਕਾਤ ਕੇ ਬਾਰੇ ਮੈਂ ਬਿਲਕੁਲ ਤਾਂ ਮੈਨੂੰ ਮੇਰੇ ਨਾਲ 7th ਕਲਾਸ ਤੱਕ ਬੜਿਆ ਹਨਾ ਅੱਛਾ ਕਲਾਸ ਵਿੱਚ ਰਹੇ ਤੁਸੀਂ ਹਾਂ ਮੈਨੂੰ ਤਾਂ ਹੀ ਉਮੀਦ ਨਹੀਂ ਸੀ ਕਿ ਇਹ ਗਾਤੇ ਲਿਖ ਵੀ ਲਿੰਦਾ ਹਨਾ ਮੈਨੂੰ ਕਿਸੇ ਤੋਂ ਪਤਾ ਲੱਗਿਆ ਇਹ ਲਿਖ ਲਿੰਦਾ ਹਨਾ ਤੇ ਮੈਂ ਇਹਦੇ ਘਰੇ ਇਹਦਾ ਥੋੜਾ ਜਿਹਾ ਪੱਕਿਆ ਹੋਇਆ ਸੀ ਮੂੰਹ ਤੇਰਾ ਪ੍ਰੋਬਲਮ ਸੀ ਪ੍ਰੋਬਲਮ ਸੀ ਤੇ ਮੈਂ ਦੇਖ ਕੇ ਇਹਨੂੰ ਮਿਲਣ ਗਿਆ ਤੇ ਉੱਥੇ ਮੈਨੂੰ ਇਹਨੇ ਗਾਣਾ ਨਹੀਂ ਸੁਣਾਇਆ ਤੇ ਮੈਨੂੰ ਕਹਿੰਦਾ ਕਿ ਮੂੰਹ ਪੱਕਿਆ ਹੋਇਆ ਥੋੜਾ ਜਿਹਾ ਸੁਣਾਇਆ ਤੇ ਮੈਨੂੰ ਲੱਗਿਆ ਕਿ ਚਲ ਇਹਨੂੰ ਮੈਂ ਜਾ ਕੇ ਰੋਕੂਗਾ ਕਿ ਆਹ ਇੰਡਸਟਰੀ ਦੇ ਵਿੱਚ ਨਾ ਹੂੰ ਕਿਉਂਕਿ ਆਪਦੀ ਹੈ ਜੋਬ ਕਰਦਾ ਸੀ ਕਰਦਾ ਸੀ ਤੇ ਮੈਨੂੰ ਸੀ ਕਿ ਨਾ ਆ ਇੰਡਸਟਰੀ ਬਹੁਤ ਹਨਾ ਆਪਾਂ ਨੂੰ ਪਤਾ ਹੀ ਹੈ ਮੈਨੂੰ 8-9 ਸਾਲ ਹੋ ਗਏ ਤੇ ਪਰ ਜਦੋਂ ਮੈਂ ਇਹਦੇ ਫਲੈਟ ਜਾ ਕੇ ਇਹਨੂੰ ਸੁਣਿਆ ਤੇ ਫਿਰ ਉੱਥੇ ਮੈਂ ਕਿਹਾ ਮੈਂ ਕਿਹਾ ਇਹ ਕਿੱਥੋਂ ਲਿਖਣ ਲੱਗ ਪਿਆ ਹਨਾ ਹੁਣ 7ਥ ਕਲਾਸ ਤੋਂ ਬਾਅਦ ਅਸੀਂ 15 ਕੁ ਸਾਲ ਬਾਅਦ ਮਿਲੇ ਤੇ ਫਿਰ ਇਹ ਪਹਿਲਾ ਗਾਣਾ ਸੀ ਜਿਹੜਾ ਇਹਨੇ ਮੈਨੂੰ ਸੁਣਾਇਆ ਸੀ ਅੱਛਾ ਫਿਰ ਲਿਖਿਆ ਤਾਂ ਦੇਖੋ 100-150 ਗਾਣਾ ਹੋਰ ਪਿਆ ਹਨਾ ਤੇ ਇਹ ਲੇਕਿਨ ਅਸੀਂ ਇਹੀ ਕਹਿ ਕੇ ਹੁਣ ਇਹੀ ਕਰਨਾ ਹੈ ਹਨਾ ਅਸੀਂ ਹੋਰ ਕਿਸੇ ਪ੍ਰੋਜੈਕਟ ਵੱਲ ਨਹੀਂ ਗਏ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰੋਜੈਕਟ ਸ਼ੁਰੂ ਤੋਂ ਲੱਗੇ ਅੰਦ ਤੱਕ ਬਾਣੀ ਬਹੁਤ ਸੋਨਾ ਗਿਆ ਇਹਦਾ ਆਡੀਓ ਇਹਦਾ ਵੀਡੀਓ ਸਾਰਾ ਕੁਝ ਜੋ ਸੋਚਿਆ ਸੀ ਉਸ ਤੋਂ 4 ਗੁਣਾ ਉੱਪਰ ਹੀ ਹੋਇਆ ਹੁਣ ਆਡੀਅנס ਵੀ ਇਸ ਗਣੇ ਨੂੰ ਜਿੰਨਾ ਉਮੀਦ ਲਾ ਕੇ ਚਲੇ ਸੀ ਉਸ ਤੋਂ ਜ਼ਿਆਦਾ ਹੀ ਪਿਆਰ ਦੇ ਰਹੀ ਹੈ ਤੁਹਾਨੂੰ ਤੇ ਬਾਕੀ ਤੁਸੀਂ ਸਾਰੇ ਸਪੋਰਟ ਕਰ ਰਹੇ ਹੋ ਮੀਡੀਆ ਖਾਸ ਕਰਕੇ ਹੈਨਾ ਸੋਸ਼ਲ ਮੀਡੀਆ ਤੇ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਨਹੀਂ ਬਿਲਕੁਲ ਹਰ ਚੀਜ਼ ਜਿਹੜੀ ਵਧੀਆ ਚੀਜ਼ ਉਹਨੂੰ ਸਪੋਰਟ ਕਰਨਾ ਚਾਹੀਦਾ ਹੀ ਹੈ ਹੈਨਾ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਕਿ ਅੱਛੀਆਂ ਚੀਜ਼ਾਂ ਨੂੰ ਘੱਟ ਸਪੋਰਟ ਮਿਲਦਾ ਹੈ ਹੈਨਾ ਜੋ ਜੋ ਚੀਜ਼ਾਂ ਲੋਕਾਂ ਨੂੰ ਚਲੋ ਐਂਟਰਟੇਨਮੈਂਟ ਦਾ ਸੋਰਸ ਹੁੰਦਾ ਹੈ ਉਹ ਵੀ ਹੈਨਾ ਲੋਕੀ ਤਾਂ ਹੀ ਉਹ ਚੀਜ਼ਾਂ ਕ੍ਰੀਏਟ ਕਰਦੇ ਆ ਬਟ ਸਟਿਲ ਅੱਛੀ ਚੀਜ਼ਾਂ ਪ੍ਰੋਮੋਟ ਹੋਣੀ ਬਹੁਤ ਜ਼ਰੂਰੀ ਹੈ ਸੋ ਜਿਵੇਂ ਪ੍ਰਭਜੋ ਜੀ ਦੱਸ ਰਹੇ ਕਿ 7th ਕਲਾਸ ਤੱਕ ਤਾਂ ਕੋਈ ਤੁਸੀਂ ਲਿਖਦੇ ਜਾਂ ਗਾਉਂਦੇ ਨਹੀਂ ਸੀਗੇ ਉਹ ਉਹਨਾਂ ਨੂੰ ਨਹੀਂ ਆਈਡੀਆ ਸੀਗਾ ਹੈਨਾ ਆਈ ਥਿੰਕ ਮੈਂ ਆਪਦੀ ਬੀਟੈਕ ਤੱਕ ਵੀ ਨਹੀਂ ਲਿਖਦਾ ਸੀ ਅੱਛਾ ਬੀਟੈਕ ਦੇ ਸੈਕਿੰਡ ਥਰਡ ਦੇ ਵਿੱਚ ਆਈ ਦੇ ਥੋੜਾ ਬਹੁਤ ਮਤਲਬ ਸ਼ਾਇਰੀ ਸ਼ੋਰੀ ਨੋਰਡਨ ਟਰਮਸ ਕੇ ਮੈਂ ਆਪ ਦਾ ਕੈਰੀਅਰ ਹੀ ਬਣਾਉਣਾ ਇਦਾਂ ਦਾ ਕੁਝ ਨਹੀਂ ਸੀ ਆਫਟਰ 댓 ਕਦੇ ਰਿਅਲਾਈਜ਼ ਹੋਇਆ ਕਿ ਯਾਰ ਬੈਠੇ ਬੈਠੇ ਲਿਖੀ ਕੋਈ ਚੀਜ਼ ਐਂਡ ਮੈਨੂੰ ਖੁਦ ਨੂੰ ਵਧੀਆ ਲੱਗੀ ਸੋ ਮੈਂ ਫਿਰ ਉਹ ਆਦਤ ਹੁੰਦੀ ਹੈ ਮੈਂ ਗਾਣਿਆਂ ਨਾਲ ਰਿਲੇਟ ਕਰਨ ਲੱਗਾ ਕਿ ਮੈਂ ਕਿੱਥੇ ਠੀਕ ਲਿਖਿਆ ਨਹੀਂ ਲਿਖਿਆ ਇਹ ओके ਫਿਰ ਮੈਂ ਹਲਕਾ ਹਲਕਾ ਫਿਰ ਕਿ ਮੈਨੂੰ ਰੀਡਿੰਗ ਦੀ ਆਦਤ ਲਿਸਨ ਦੀ ਆਦਤ ਹੈ ਉਹ ਸਟਾਰਟਿੰਗ ਤੁਸੀਂ ਉਹ ਸ਼ੁਰੂ ਤੋਂ ਮਤਲਬ ਮੈਂ ਬੜੇ ਇੰਟਰਸਟਿੰਗ ਜਿਹੇ ਮੈਂ ਮੂਵੀ ਵੀ ਦੇਖ ਰਹਾਂ ਤੇ ਆ ਵਾਸ ਲਾਈਕ ਕਿ ਮੈਂ ਮੂਵੀ ਦੇਖਣੀ ਹਾਂ ਮੈਨੂੰ ਡਿਸਟਰਬ ਨਾ ਕਰੋ ਹੋਰ ਕੁਝ ਦੇਖਣੀ ਹਾਂ ਹਾਂ ਸਿਨੇਮਾ ਕੁਝ ਵੀ ਜੋ ਇੰਟਰਸਟਿੰਗ ਚੀਜ਼ ਹੈ ਮੈਂ ਉਹ ਗ੍ਰੈਪ ਕਰਾਂ ਨੌਲੇਜ ਗ੍ਰੈਪ ਕਰ ਲਵਾਂ ਉਸ ਦਿਨ ਆ ਫਿਰ ਰੱਬ ਉਨਦਰ ਸੀਗੀ ਚੀਜ਼ੇ ਫਿਰ ਹੌਲੀ ਹੌਲੀ ਨਿਕਲ ਗਈ ਤੇ ਬੜੀ ਨਿਕਰ ਗਈ ਸੋ ਅੱਜ ਸਭ ਦੇ ਸਾਹਮਣੇ ਜੀ ਅੱਜ ਆਪਣੇ ਜਿਹੜੇ ਜਦੋਂ ਪ੍ਰੋਜੈਕਟਸ ਪਲਾਨ ਕਰਨੇ ਹੁੰਦੇ ਆ ਰਾਈਟ ਹਰ ਕੋਈ ਇਹ ਸੋਚਦਾ ਹੈ ਕਿ ਯਾਰ ਇਹ ਕਮਰਸ਼ੀਅਲੀ ਚਲਣਾ ਚਾਹੀਦਾ ਹੈ ਹੈਨਾ ਜਦੋਂ ਤੁਸੀਂ ਪ੍ਰੋਜੈਕਟ ਪਲਾਨ ਕੀਤਾ ਕਿਉਂਕਿ ਆਬਵੀਅਸਲੀ ਤੁਸੀਂ ਤਾਂ ਨੋਨ ਸੀ ਕਿ ਇੱਕ ਦੂਸਰੇ ਦੇ ਬਟ ਅਗਲੇ ਪਰਸਨ ਜਿਹਦੇ ਕੋਲ ਤੁਸੀਂ ਜਾ ਰਹੇ ਹੋ ਆਪਣਾ ਪ੍ਰੋਜੈਕਟ ਸੇਲ ਕਰਨ ਦੇ ਲਈ ਹੈਨਾ ਉਹ ਉਹਨੂੰ ٹرسٹ ਦਵਾਣਾ ਬੜਾ ਔਖਾ ਹੁੰਦਾ ਹੈ ਸੋ ਕਿਵੇਂ ਜਿਹੜੀ ਟੀਮ ਹੈ ਮਤਲਬ ਸਿੱਧੂ ਐਂਟਰਟੇਨ ਬਰਦਰਸ ਐਂਟਰਟੇਨਮੈਂਟ ਤੇ ਗਾਣਾ ਰਿਲੀਜ਼ ਹੋਇਆ ਹੈ ਹੈਨਾ ਫਿਰ ਅਗਲੇ ਪਰਸਨ ਨੂੰ ਕਿਵੇਂ ਬਲੀਵ ਕਰਾਇਆ ਕਿ ਇਹ ਆਰਟਿਸਟ ਚਾਹੇ ਨਵਾਂ ਹੈ ਬਟ ਇਹ ਮਤਲਬ ਵਰਥ ਹੈ ਦਾ 뮤직 ਆਰ ਹਰ ਚੀਜ਼ ਮਮ ਅਸੀਂ ਉਹਨਾਂ ਨੂੰ ਮਿਲੇ ਸੀ ਪਰਸਨਲੀ ਤੇ ਤੁਹਾਨੂੰ ਇਹ ਗਾਣਾ ਤਾਂ ਹੈ ਹੀ ਕਮਰਸ਼ੀਅਲ ਹੀ ਹੈ ਨਾ ਹੋਰ ਵੀ ਕਾਫੀ ਕੰਟੈਂਟ ਇਦਾਂ ਦੇ ਲਿਖੇ ਹੋਏ ਨੇ ਜਿਹੜੇ ਕਾਫੀ ਆਪਾਂ ਕਮਰਸ਼ੀਅਲ ਪੁਆਇੰਟ ਆਫ View ਨਾਲ ਵੀ ਕਹਿ ਸਕਦੇ ਆ ਜਾਂ ਆਪਾਂ ਕਹਿ ਸਕਦੇ ਆ ਕਿ ਹਰ ਚੀਜ਼ ਵੀ ਕਮਰਸ਼ੀਅਲ ਜ਼ਰੂਰੀ ਨਹੀਂ ਹੁੰਦੀ ਹੈ ਨਾ ਤੇ ਕੁਝ ਰੂਹਦਾਰੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ ਲਿਖੀਆਂ ਹੈ ਮੈਨੂੰ ਵੈਸੇ ਤਾਰੀਫ ਕਰਨਾ ਅਜੀਬ ਲੱਗ ਰਿਹਾ ਕਲਾਸਮੇਟ ਲਈ ਜ਼ਿਆਦਾ ਉਫਾਉਣਾ ਕਰਕੇ ਤੇ ਨਹੀਂ ਉਹਦਾ ਕੈਮਰਾ ਇਹ ਚੀਜ਼ ਰਿਐਲਿਟੀ ਹੈ ਤੇ ਉਹਦਾ ਕੈਮਰਾ ਵੀ ਰਿਐਲਿਟੀ ਹੈ ਸੋਣਾ ਲਿਖਦਾ ਮੈਨੂੰ ਇੱਕ ਚੰਗੇ ਰਾਈਟਰ ਦੀ ਲੋੜ ਸੀ ਕਿਉਂਕਿ ਕਾਫੀ ਸਾਲ ਤੋਂ ਮੈਨੂੰ ਕੋਈ ਰਾਈਟਰ ਤਾਂ ਬਹੁਤ ਚੰਗੇ ਨੇ ਪੰਜਾਬੀ ਇੰਡਸਟਰੀ ਦੇ ਹਨ ਬਟ ਆਪਣੀ ਅਪਰੋਚ ਉਹਨਾਂ ਤੱਕ ਇੰਨੀ ਹੋ ਨਹੀਂ ਪੰਦੀ ਜਾਂ ਪਰ ਰੈਗੂਲਰ ਸੈਟਿੰਗ ਨਹੀਂ ਕਰ ਪਾਉਂਦੇ ਹਨ ਮੈਨੂੰ ਲੋੜ ਸੀ ਕਿਸੇ ਆਪ ਦੇ ਬੰਦੇ ਦੀ ਹਨਾ ਤੇ ਉਹ ਕੁਦਰਤ ਨੇ ਸਬੱਬ ਬਣਾਇਆ ਅਸੀਂ ਮਿਲੇ ਤੇ ਫਿਰ ਇਹ ਪ੍ਰੋਜੈਕਟ ਪਲਾਨ ਹੋਇਆ ਜਿਹੜਾ ਤੁਹਾਡਾ ਕੁਐਸਚਨ ਸੀ ਕੰਪਨੀ ਤੇ ਕੰਪਨੀ ਨੂੰ ਆਡੀਓ ਪਲੱਸ ਵੀਡੀਓ ਲਿਰਿਕਸ एवरीथिंग ਉਹਨਾਂ ਨੂੰ ਵਧੀਆ ਲੱਗਿਆ ਉਹਨਾਂ ਨੇ ਖੁਦ ਕਿਹਾ ਕਿ ਆਪਾਂ ਕਰਦੇ ਆਂ ਇਸ ਗਾਣੇ ਨੂੰ ਪ੍ਰੋਮੋਸ਼ਨਸ ਅਸੀਂ ਕਰਦੇ ਆਂ ਸੋ ਇਹ ਉਹਨਾਂ ਦੀ ਡਿਮਾਂਡ ਹੀ ਸੀ ਓਕੇ ਤੇ ਸਾਨੂੰ ਵੀ ਉਹਨਾਂ ਦੀ ਜਿਹੜੀ ਜੈਨੂਨ ਗੱਲਾਂ ਸਹੀ ਲੱਗੀਆਂ ਜੋ ਉਹ ਕਰ ਸਕਦੇ ਸੀ ਉਹੀ ਉਹਨਾਂ ਨੇ ਕਿਹਾ ਤੇ ਉਹੀ ਉਹਨਾਂ ਨੇ ਕੀਤਾ ਹਾਂ ਅਸੀਂ ਸੈਟੀਸਫਾਈਡ ਆਂ ਕੰਪਨੀ ਤੋਂ ਹਣਾ ਬਿਲਕੁਲ ਹਾਂ ਤੇ ਅ ਐਜ਼ ਐਨ ਜਿਵੇਂ ਨਿਊ ਆਰਟਿਸਟ ਨੂੰ ਤਾਂ ਹਮੇਸ਼ਾ ਇਹੀ ਹੁੰਦਾ ਹੈ ਕਿ ਜਿੰਨੀ ਵੀ ਕਮਿਟਮੈਂਟਸ ਕੀਤੀਆਂ ਜਾਣ ਉਹ ਪੂਰੀਆਂ ਹੋਣ ਕਿਉਂਕਿ ਅਗਰ ਨਹੀਂ ਹੁੰਦੀਆਂ ਤਾਂ ਅਗਲੀ ਵਾਰ ਕੰਮ ਕਰਨ ਦਾ ਹੌਸਲਾ ਹੀ ਨਹੀਂ ਰਹਿੰਦਾ ਹਮ ਹੈਨਾ ਸੋ ਹੁਣ ਸਾਡੇ ਕੋਲ ਹੌਸਲਾ ਹੈ ਅੱਗੇ ਫੇਰ ਕੰਮ ਕਰਾਂਗੇ ਕਿਉਂਕਿ ਕਮਿਟਮੈਂਟਸ ਪੂਰੀਆਂ ਬਿਲਕੁਲ ਦੋ ਤਿੰਨ ਸਾਲ ਹੀ ਆ ਜੇ ਤੁਹਾਨੂੰ ਇੰਡਸਟਰੀ ਦੇ ਵਿੱਚ ਹੋਏ ਹੈ ਹੈਨਾ ਜਿੱਦਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਨਵ ਜਿਹੜਾ ਆਰਟਿਸਟ ਹੈ ਜਿਹੜਾ ਆਪਣਾ ਸਟਾਰਟ ਕਰ ਰਿਹਾ ਹੈ ਕਰੀਅਰ ਦਾ ਉਹਨੂੰ ਇਹੀ ਹੁੰਦਾ ਹੈ ਕਿ ਜਿਹੜੀ ਕਮਿਟਮੈਂਟ ਮੇਰੇ ਨਾਲ ਕੀਤੀ ਹੋਵੇ ਉਹ ਪੂਰੀਆਂ ਹੋ ਜਾਣ ਕਿ ਮਤਲਬ ਹੈਨਾ ਕਿ ਕੁਝ ਇਦਾਂ ਦਾ ਹਾਂ ਬਿਲਕੁਲ ਕੋਈ ਪੈਕਸ ਨਾਲ ਤੁਹਾਨੂੰ ਮਿਲ ਜਾਣਾ ਹੈਨਾ ਤੁਸੀਂ ਇੰਡਸਟਰੀ ਦੇ ਵਿੱਚ ਬਹੁਤ ਲੰਮੇ ਛਿਰ ਤੋਂ ਤੁਹਾਨੂੰ ਸਾਰੀ ਪਤਾ ਹੈ ਹਿਸਟਰੀ ਕੀ ਜੀ 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 ਐਸੇ ਕਰਕੇ ਉਹ ਪਤਾ ਹੋਣ ਦੇ ਬਾਵਜੂਦ ਜਿਹੜੇ ਇੱਕ ਡਰ ਦਾ ਫੈਕਟਰ ਹੈ ਉਹ ਰਹਿੰਦਾ ਹੀ ਹੈ ਕਿਉਂਕਿ ਕੋਈ ਪਤਾ ਨਹੀਂ ਸਾਹਮਣੇ ਵਾਲਾ ਕਦੋਂ ਆਪਾਂ ਜੇ ਬੇਮਾਨੀ ਨਹੀਂ ਕਰਦੇ ਸਾਹਮਣੇ ਵਾਲਾ ਤਾਂ ਪਤਾ ਨਹੀਂ ਹੁੰਦਾ ਫਿਰ ਉਹ ਬਹੁਤ ਹੀ ਸੋਚ ਸਮਝ ਕੇ ਡਿਸੀਜਨ ਲਿੱਤਾ ਕਿ ਅਸੀਂ ਕਿੱਥੋਂ ਕਰਨਾ ਹੈ ਹਾਂ ਤੇ ਜਿੱਥੋਂ ਅਸੀਂ ਕੀਤਾ ਅਸੀਂ ਦੋਨੋਂ ਸੈਟੀਸਫਾਈਡ ਹਾਂ ਹਮ ਨਾ ਖਾਸ ਕਰਕੇ ਆਡੀਅנס ਨੇ ਪਿਆਰ ਦਿੱਤਾ ਹੁਣ ਜਿਆਦਾ ਸੈਟੀਸਫਾਈਡ ਆ ਇਹੀ ਰੀਜ਼ਨ ਸੀ ਤੁਸੀਂ ਇਹਨਾਂ ਨੂੰ ਜਦੋਂ ਮਿਲੇ ਕਿ ਜਦੋਂ ਗਾਣਾ ਇਹਨਾਂ ਨੇ ਮਤਲਬ ਥੋੜਾ ਜਿਹਾ ਸੁਣਾਇਆ ਕਿਉਂਕਿ ਪ੍ਰੋਬਲਮ ਸੀ ਕਿ ਫੇ ਤੁਸੀਂ ਤਾਂ ਸੋਚਿਆ ਕਿ ਮੈਂ ਇਹਨਾਂ ਨੂੰ ਮਨਾ ਕਰ ਦੂੰਗਾ ਕਿ ਤੁਸੀਂ ਇੰਡਸਟਰੀ ਵਿੱਚ ਨਾ ਆਓ ਕਿ ਉਹਦਾ ਰੀਜ਼ਨ ਇਹ ਸੀ ਕਿ ਤੁਹਾਨੂੰ ਪ ਸਾਡੇ ਨਾਲ ਖੁਦ ਨਾਲ ਬਿੱਤੀਆਂ ਚੀਜ਼ਾਂ ਹੋਈਆਂ ਹਨਾ ਕਿ ਕਿੰਨੀ ਇਨਵੈਸਟਮੈਂਟ ਸਾਡੀ ਵੇਸਟ ਗਈ ਹੈ ਹਨਾ ਕਿੰਨੇ ਪ੍ਰੋਜੈਕਟ ਕਮਿਟਮੈਂਟਸ ਹੋ ਕੇ ਪੂਰੀਆਂ ਨਹੀਂ ਹੋਈਆਂ ਤੇ ਉਹੀ ਇੱਕ ਰੀਜ਼ਨ ਸੀ ਕਿ ਮੈਨੂੰ ਸੀ ਕਿ ਚਲੋ ਮੇਰਾ ਬਹੁਤ ਕਲੋਜ਼ ਹੈ ਹਨਾ ਤੇ ਇਹਦਾ ਨੁਕਸਾਨ ਕਿਉਂ ਹੁੰਦਾ ਹੈ ਨੁਕਸਾਨ ਨਾ ਹੋਵੇ ਤੇ ਜਿਹੜੇ ਕੰਮ ਲੱਗੇ ਉਹ ਕੰਮ ਚੱਲਦਾ ਰਹੇ ਹਨਾ ਤੇ ਬਟ ਜਦੋਂ ਮੈਂ ਸੁਣਿਆ ਹਨਾ ਤੇ ਫਿਰ ਉਸ ਤੋਂ ਬਾਅਦ ਸੀ ਕਾਫੀ ਪ੍ਰੋਜੈਕਟ ਐਜ਼ ਅ ਦੇ ਲਿਰਿਕਸਟ ਵੀ ਕਾਫੀ ਸਿੰਗਰਸ ਨਾਲ ਆ ਰਹੇ ਹਨਾ ਅਪਕਮਿੰਗ ਫਿਰ ਅਸੀਂ ਇੱਕ ਲੈ ਤੇ ਸ਼ੁਰੂ ਹੋ ਗਏ ਹਨ ਕਿਉਂਕਿ ਰਾਈਟਰ ਇੱਕੋ ਚੀਜ਼ ਹੁੰਦੀ ਜਿਹੜਾ ਬੀਜ ਹੁੰਦਾ ਜੇ ਬੀਜ ਵਧੀਆ ਤਾਂ ਮੈਨੂੰ ਲੱਗਦਾ ਕਿ ਸਾਰਾ ਕੁਝ ਹੀ ਵਧੀਆ ਹਾਂ ਬਿਲਕੁਲ ਸੀਡ ਦਾ ਅੱਛਾ ਹੋਣਾ ਜ਼ਰੂਰੀ ਮੈਨੂੰ ਲੋੜ ਸੀ ਮੈਨੂੰ ਨੀਡ ਸੀ ਤੇ ਇਹਨੂੰ ਵੀ ਨੀਡ ਸੀ ਕੋਈ ਆ ਆਪਣਾ ਬੰਦਾਰਸਵਰਦੀ ਬਿਲਕੁਲ ਉਹਨਾਂ ਦੀ ਨੀਡ ਪਰਮਾਤਮਾ ਨੇ ਆਪੇ ਹੀ ਪੂਰੀ ਕੀਤੀ ਹੈ ਹਾਂ ਸੋ ਅਖਰ ਬਹੁਤ ਸੁਪਨੇ ਹੁੰਦੇ ਜਦੋਂ ਇਨਸਾਨ ਹੈ ਨਾ ਇੰਡਸਟਰੀ ਦੇ ਵਿੱਚ ਕਦਮ ਰੱਖਦਾ ਹੈ ਜ਼ਰੂਰੀ ਨਹੀਂ ਕਿ ਮੇਲ ਜਾਂ ਫੀਮੇਲ ਇਦਾਂਸ ਨਹੀਂ ਕਹਿੰਦੇ ਇਹ ਹਰ ਇੱਕ ਆਰਟਿਸਟ ਜਦੋਂ ਕੁਝ ਵੀ ਬੰਨਣਾ ਚਾਹੁੰਦਾ ਹੈ ਜਾਂ ਕੋਈ ਵੀ ਉਹਦਾ ਸੁਪਨਾ ਹੈ ਨਾ ਜਦੋਂ ਉਹ ਫਰਸਟ ਸਟੇਅਰ ਤੇ ਜਾਂ ਪਹਿਲੀ ਪੌੜੀ ਤੇ ਹੈ ਨਾ ਕਦਮ ਰੱਖਦਾ ਹੈ ਤੇ ਉਹ ਬਹੁਤ ਕੁਝ ਸੋਚਦਾ ਹੁੰਦਾ ਹੈ ਕਿ ਜੋ ਤੁਸੀਂ ਸੋਚਿਆ ਜੋ ਤੁਸੀਂ ਸੁਪਨੇ ਸਜਾਏ ਸੀ ਹੁਣ ਤੱਕ ਉਹ ਪੂਰੇ ਹੋ ਰਹੇ ਹੈ ਜਾਂ ਫਿਰ ਜਿੱਦਾਂ ਕਿਹਾ ਕਿ ਜਿੰਨੇ ਕਿ ਐਕਸਪੈਕਟੇਸ਼ਨ ਸੀਗੀ ਉਹ ਤਾਂ ਤੁਹਾਡੀ ਪੂਰੀ ਹੋਈ ਇਸ ਪ੍ਰੋਜੈਕਟ ਦੇ ਨਾਲ ਬਟ ਓਵਰঅল ਕਿਵੇਂ ਦਾ ਰਿਹਾ ਐ ਐਕਚੁਅਲੀ ਮੈਨੂੰ ਲੱਗਦਾ ਕਿ ਸਪਨੇ ਸਪਨੇ ਤਾਂ ਬੰਦਾ ਡੇਲੀ ਦੇਖਦਾ ਡੇਲੀ ਛੱਡ ਦਿੰਦਾ ਬਟ ਇੱਕ ਕੁਝ ਚੀਜ਼ਾਂ ਨੇ ਜੋ ਤੁਹਾਡੇ ਇੰਟਰਨਲੀ ਫਿੱਲਡ ਹੁੰਦੀਆਂ ਉਹਨੂੰ ਤੁਸੀਂ ਕਟ ਨਹੀਂ ਸਕਦੇ ਐਂਡ ਰਾਈਟਿੰਗ ਇਜ਼ ਵਨ ਆਫ ਥੈਮ ਮੈਨੂੰ ਸੀਗਾ ਕਿ ਮੈਂ ਲਿਖਣਾ ਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਕਦੇ ਮੈਂ ਰਿਲੀਜ਼ ਵੀ ਕਰਨਾ ਕੁਝ ਜਾਂ ਕਦੇ ਕੁਝ ਆਪ ਗਾ ਕੇ ਇਹ ਪਤਾ ਸੀ ਆਪ ਗਾਉਂਗਾ ਆਪ ਮਤਲਬ ਮੇਬੀ ਮੇਬੀ ਹਾਂ ਬਟ ਕੰਪੋਜੀਸ਼ਨਸ ਮੈਂ ਪਹਿਲਾਂ ਨਹੀਂ ਕਰਦਾ ਸੀਗਾ ਮੈਂ ਬਸ ਸਿਰਫ ਲਿਖ ਰਿਹਾ ਸੀਗਾ ਫਿਰ ਹੌਲੀ ਹੌਲੀ ਮੈਂ ਖੁਦ ਕੰਪੋਜ਼ ਕਰਕੇ ਮੈਂ ਡਰਦਾ ਹੁੰਦਾ ਸੀ ਮੈਂ ਸੁਣਾਉਂਦਾ ਹੀ ਨਹੀਂ ਸੀ ਮੈਨੂੰ ਲੱਗਦਾ ਸੀ ਕਿ ਯਾਰ ਅਗਲਾ ਬੰਦਾ ਕੀ ਸੋਚੂਗਾ ਯਾਰ ਕੀ ਕਿਹੜੇ ਕੰਮੇ ਪਿਆ ਹੋਏ ਨੇ ਬਸ ਬਟ ਐਟ ધ ਅਰਸ ਕਿੱਥੇ ਜਾ ਕੇ ਤੁਹਾਨੂੰ ਲੱਗਦਾ ਸੀਗਾ ਕਿ ਯਾਰ ਯੂ ਆਰ ਡੂਇੰਗ ਗੁੱਡ ਤਾਂ ਤੁਸੀਂ ਅੱਛਾ ਕਰ ਰਹੇ ਹੋ ਮੈਂ ਫਿਰ ਡੇਲੀ ਹੈਬਿਟ ਅੰਗ ਨੂੰ ਬਣਾਇਆ ਡੇਲੀ ਲਿਖ ਰਿਹਾ ਤਾਂ ਉਹਦੇ ਵਿੱਚ ਮੈਨੂੰ ਕਾਫੀ ਚੀਜ਼ਾਂ ਨਿਕਲ ਗਈ ਜਦੋਂ ਆਇਆਂ ਤੇ ਫਿਰ ਮੈਂ ਚੀਜ਼ ਨੂੰ ਇਹ ਕਦੇ ਨਹੀਂ ਸੋਚਿਆ ਕਿ ਮੈਂ ਇਸ ਲੈਵਲ ਤੱਕ ਰਿਕ ਲੈ ਜਾਣਾ ਮੈਨੂੰ ਇਹ ਹੈ ਕਿ ਜਿਹੜੀ ਮੇਰੀ ਚੀਜ਼ ਆ ਸੋਹਣੀ ਵਧੀਆ ਜਿੰਨੀ ਮੈਨੂੰ ਨੋਲਿਜ ਆ ਉਸ ਹਿਸਾਬ ਨਾਲ ਮੈਂ ਪਰਫੈਕਟ ਬਣਾ ਸਕਦਾ ਦੈਟਸ ਇਟ ਕਦੋਂ ਲਗਣਾ ਸ਼ੁਰੂ ਹੋਇਆ ਕਿ ਮੈਂ ਮੈਚੁਰ ਰਾਈਟਿੰਗ ਕਰ ਰਿਹਾ ਮਤਲਬ ਮੈਚੁਰ ਚੀਜ਼ਾਂ ਲਿਖ ਰਿਹਾ ਜਾਂ ਸਟਾਰਟਿੰਗ ਤੋਂ ਹੀ ਇਦਾਂ ਦੀ ਮਤਲਬ ਲਿਖ ਰਿਹਾ ਲਿਖ ਇਦਾਂ ਦੀ ਹੀ ਸੀ ਐਕਚੁਅਲੀ ਮੈਂ ਨਾ ਫੀ ਫੀਲਿੰਗਸ ਨਾਲ ਮਤਲਬ ਇੱਕ ਥਾਟ ਪ੍ਰੋਸੈਸ ਲੈ ਕੇ ਜਦੋਂ ਲਿਖਦਾ ਜਦੋਂ ਮੈਂ ਲਿਖਣਾ ਸ਼ੁਰੂ ਕਰਦਾ ਜਦੋਂ ਮੈਂ ਗਾਣਾ ਲਿਖ ਕੇ ਐਂਡ ਕਰ ਦਿੰਦਾ ਤੇ ਉਦੋਂ ਹੀ ਮੈਨੂੰ ਦੋ ਗਾਣਾ ਦੱਸ ਦਿੰਦਾ ਵੀ ਤੂੰ ਕਿੱਥੇ ਹੈਗਾ ਕਿ ਨਹੀਂ ਹੈਗਾ ਐਕਸ ਵਾਈ ਜ਼ੀ ਤੇ ਮੈਨੂੰ ਲੱਗਦਾ ਕਿ ਮੈਂ ਰੱਬ ਦੀ ਕਿਰਪਾ ਨਾਲ ਉਹਨਾਂ ਨੇ ਜੋ ਦਾ ਦਿੱਤੀ ਹੈ ਮਿਰੰਦਰ ਨੂੰ ਸੌਂਨਾ ਮੈਂ 170 ਗਾਣੇ ਲਿਖੇ ਤੇ ਮੈਂ ਇੰਨਾ ਕਦਮ ਰੱਖਦਾ ਕਿ 170 ਅੱਛਾ ਜੇ ਇੱਕ ਇੱਕ ਫੋਰ ਐਗਜ਼ਾਮਪਲ ਦੇ ਲਿਖੇ ਤਾਂ ਬਹੁਤ ਪੇ ਬਟ ਉਹ ਜੋ ਮੈਂ 170 ਤੋਂ ਬਹੁਤ ਜ਼ਿਆਦਾ ਹੈ ਇਟਸ ਰਾਉਂਡ ਅਬਾਊਟ 700 ਆਹ ਮਾਈ ਗੋਡ ਦੈਟ ਇਜ਼ ਕਿ ਬਟ ਇਹ ਆ ਕਿ ਜੋ ਇੱਕ ਸ਼ਾਰਟ ਲਿਸਟ ਗਾਣੇ ਆ ਉਹਦੇ ਵਿੱਚ 110% ਚੱਲਣ ਦੀ ਹਰ ਇੱਕ ਚੀਜ਼ ਦੀ ਮੈਨੂੰ ਉਮੀਦ ਹੈ ਜਨਰ ਕਿਹੜਾ ਹੈ ਕਿ ਮਤਲਬ ਲਾਈਕ ਜਿੱਦਾਂ ਰੋਮਾਂਟਿਕ ਹੈ ਰੋਮਾਂਟਿਕ ਫੀਲ ਦੇ ਆ ਫਿਰ ਹਰ ਇੱਕ ਜਨਰ ਹਰ ਇੱਕ ਹਾਂ ਬੇਸਿਕਲੀ ਕਮਰਸ਼ੀਅਲ ਵੀ ਮਤਲਬ ਮੈਂ ਬਹੁਤ ਜ਼ਿਆਦਾ ਲਿਖਿਆ ਬਹੁਤ ਸੂਝਵਾਨ ਗੱਲਾਂ ਵੀ ਲਿਖਿਆ ਬਹੁਤ ਮਤਲਬ ਮੈਨੂੰ ਇਹ ਹੁੰਦਾ ਕਿ ਮੈਂ ਫੀਲ ਕਰਦਾ ਅੰਦਰ ਮਤਲਬ ਮੈਂ ਦਰਦ ਮੈਂ ਫਾਲਤੂ ਜੀ ਕਦੇ ਵੀ ਨਹੀਂ ਲਿਖ ਰਿਹਾ ਕਿ ਮਤਲਬ ਜੋ ਮੈਂ ਫੀਲ ਨਹੀਂ ਕਰ ਸਕਦਾ ਮੈਨੂੰ ਲਿਖ ਦਾਨੀ ਮੈਨੂੰ ਜੋ ਫੀਲ ਹੁੰਦਾ ਜੇ ਮੈਨੂੰ ਜੇ ਮੈਂ ਕੈਨੇਡਾ ਨਹੀਂ ਗਿਆ ਤਾਂ ਮੈਂ ਕੈਨੇਡਾ ਦੀ ਚੀਜ਼ ਕਿਉਂ ਲਿਖਾ ਮੈਨੂੰ ਪਤਾ ਹੀ ਨਹੀਂ ਉਹਦੇ ਬਾਰੇ ਜੋ ਮੇਰੇ ਆਲੇ ਦੁਆਲੇ ਹੈ ਮੈਂ ਉਹ ਲਿਖਦਾ ਜੇ ਮੈਂ ਪੰਜਾਬ ਚੋਂ ਪੰਜਾਬੀ ਇਤ ਲਿਖਦਾ ਜੇ ਮੈਂ ਜੇ ਮੈਂ ਕਿਤੇ ਹਿਲੀ ਏਰੀਆ ਚੋਂ ਤਾਂ ਮੈਂ ਉਸਦੇ ਬਾਰੇ ਲਿਖੂਗਾ ਸੋ ਇਹੀ ਹੈ ਜੋ ਦੇਖ ਲਿਆ ਜੋ ਪੜ੍ਹ ਲਿਆ ਜੋ ਕੰਨਾਂ ਨੇ ਸੁਣ ਲਿਆ ਓਵਰ ਹਾਈਪ ਕਿਸੇ ਚੀਜ਼ ਬਾਰੇ ਨਹੀਂ ਹੈ ਨਾ ਹੁਣ ਓਵਰ ਹਾਈਪਡ ਮੈਂ ਨਹੀਂ ਲਿਖ ਰਿਹਾ ਕੁਝ ਵੀ ਮੇਬੀ ਅਗਲੇ ਟਾਈਮ ਦੇ ਵਿੱਚ ਕਮਰਸ਼ੀਅਲੀ ਬਹੁਤ ਕੁਝ ਲਿਖਣਾ ਪਵੇ ਬਟ ਆਪਦੀ ਸਕੂਨ ਲਈ ਆਪਦੀ ਰੂਹ ਲਈ ਜੋ ਮੈਂ ਲਿਖ ਰਿਹਾ ਮੈਂ ਜੋ ਦੇਖਿਆ ਜੋ ਕਰ ਰਿਹਾ ਓਹੀ ਲਿਖ ਰਿਹਾ ਤੇ ਉਹ ਬਸ ਉਹ ਕੰਪੋਜੀਸ਼ਨਸ ਦਾ ਆਈ ਆਈ ਵੀ ਹੁਣ ਰੱਬ ਨੇ ਬੜੀ ਚੀਜ਼ ਦਿੱਤੀ ਆ ਤੇ ਉਹ ਬਣ ਜਾਂਦੀਆਂ ਤੇ ਅੱਛੀਆਂ ਬਣਦੀਆਂ ਲੋਕ ਪਸੰਦ ਕਰ ਰਹੇ ਸੋ ਇਹੀ ਹੈ ਬਸ ਵੀ ਅੱਗੇ ਵੀ ਕਾਸ਼ ਪ੍ਰੋਜेक्ट ਬੀਇੰਗ ਅ ਫਰੈਂਡ ਤੁਸੀਂ ਜਦੋਂ ਵੀ ਇਕੱਠੇ ਕੰਮ ਕਰਦੇ ਹੋ ਕੋਈ ਪ੍ਰੋਜੈਕਟ ਹੁੰਦਾ ਹੈ ਜਾਂ ਕੁਝ ਅਗਰ ਜਦੋਂ ਅੱਖਰ ਨੇ ਕੁਝ ਲਿਖਿਆ ਹੈ ਹੈਨਾ ਐਜ਼ ਅ ਫਰੈਂਡ ਤੁਸੀਂ ਉਹਨਾਂ ਨੂੰ ਦੱਸਦੇ ਹੋ ਉਹਦੇ ਬਾਰੇ ਕਿ ਯਾਰ ਇਹ ਠੀਕ ਹੈ ਜਾਂ ਚੀਜ਼ ਮਤਲਬ ਯਾਂ ਕਿ ਥੋੜੀ ਜਿਹੀ ਕਮੀ ਲੱਗ ਰਹੀ ਹੈ ਜਾਂ ਫਿਰ ਇਹ ਸੋਚਦੇ ਹੋ ਕਿ ਇਹ ਕਮਰਸ਼ੀਅਲੀ ਮਤਲਬ ਅਗਰ ਸੋਚਣਾ ਹੋਵੇ ਕਿ ਇੱਕ ਇੱਕ ਪਲੈਨਰ ਪੂਰਾ ਬਣਾਉਂਦਾ ਹੈ ਬੰਦਾ ਹੈ ਨਾ ਇੱਕ ਪੂਰੀ ਪਲੈਨਿੰਗ ਹੁੰਦੀ ਹੈ ਕਿ ਇਨਸਾਨ ਦੇ ਜੋ ਆਲਰੇਡੀ ਇੰਡਸਟਰੀ ਦੇ ਵਿੱਚ ਹੈ ਸੋ ਕੀ ਮਤਲਬ ਕਮਰਸ਼ੀਅਲੀ ਤੁਸੀਂ ਹਰ ਚੀਜ਼ ਦੇਖਦੇ ਹੋ ਜਾਂ ਐਜ਼ ਅ ਫਰੈਂਡ ਤੁਸੀਂ ਉਹਨਾਂ ਦਾ ਫਾਇਦਾ ਕਿਹਦੇ ਵਿੱਚ ਹੈ ਉਹ ਚੀਜ਼ ਦੇਖਦੇ ਹੋ ਦੋਨੋਂ ਚੀਜ਼ਾਂ ਜ਼ਰੂਰੀ ਹੈ ਹੂੰ ਜੇ ਅੱਗੇ ਵਧਣਾ ਤਾਂ ਕਿਉਂਕਿ ਜੇ ਕੰਮ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਦਾ ਬੈਨੀਫਿਟ ਨਾ ਹੋਇਆ ਤਾਂ ਬੰਦਾ ਡੀਮੋਟੀਵੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਹਨਾ ਦੋਨੋਂ ਚੀਜ਼ਾਂ ਦਾ ਬੈਲੈਂਸ ਰੱਖਣਾ ਜ਼ਰੂਰੀ ਹੈ ਅਸੀਂ ਕੱਲਾ ਕਮਰਸ਼ੀਅਲ ਵੀ ਨਹੀਂ ਸੋਚ ਸਕਦੇ ਕਿਉਂਕਿ ਜੇ ਆਪਾਂ ਕੱਲਾ ਕਮਰਸ਼ੀਅਲ ਸੁਣੀਏ ਤਾਂ ਫਿਰ ਤਾਂ ਬਹੁਤ ਚੀਜ਼ਾਂ ਸਾਡੀਆਂ ਰਹਿ ਜਾਣ ਕਿਉਂਕਿ ਹੁਣ ਜਿਹੜਾ ਮਿਲਦੇ ਜੇ ਮੁੱਲ ਕੀਤਾ ਹਨਾ ਉਹ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮੁੰਡੇ ਦਾ ਪਹਿਲਾ ਗਾਣਾ ਹਾਈਟ ਇਹਦੀ ਵਧੀਆ ਹੈ ਸਾਰਾ ਕੁਝ ਵਧੀਆ ਹੈ ਤੁਸੀਂ ਇਹਨੂੰ ਰੋਮਾਂਟਿਕ ਚ ਨਾ ਵੜੋ ਕਿਉਂਕਿ ਰੋਮਾਂਟਿਕ ਤੋਂ ਅਲੱਗ ਜ਼ੋਨ ਵੀ ਇਹਦਾ ਬਹੁਤ ਵਧੀਆ ਹੈ ਹਨਾ ਕਰਾਂਗੇ ਅਸੀਂ ਇਹ ਗਾਣਾ ਮੈਨੂੰ ਵਧੀਆ ਲੱਗਿਆ ਜਾਂ ਕਹਿ ਸਕਦੀ ਹਾਂ ਇਹਨੂੰ ਖੁਦ ਨੂੰ ਬਹੁਤ ਵਧੀਆ ਲੱਗਿਆ ਸੀ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਅਸੀਂ 3rd ਪਰਸਨ ਦੀ ਨਹੀਂ ਸੁਣੀ ਅਸੀਂ ਨਹੀਂ ਦੇਖਿਆ ਕਿ ਸਾਨੂੰ ਪਤਾ ਕਿ ਇਹੋ ਜਿਹੇ ਗਾਣੇ ਤੋਂ ਬਾਅਦ ਸ਼ੋਅਜ਼ ਨਹੀਂ ਮਿਲਨੇ ਹਨਾ ਕਿਤਨਾ ਕਿਤੇ ਕਮਰਸ਼ੀਅਲ ਦੇਖਿਆ ਜਾਵੇ ਸੀਰੀਜ਼ ਨਹੀਂ ਮਿਲਦੀਆਂ ਬਟ ਕੁਝ ਚੀਜ਼ਾਂ ਤਾਂ ਅਪਦੇਲੀ ਵੀ ਕਰਨੀਆਂ ਚਾਹੀਦੀਆਂ ਹਾਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਇਦਾਂ ਦੇ ਹੀ ਗਾਣੇ ਕਰਨੇ ਆ ਹਨਾ ਨਹੀਂ ਸਾਨੂੰ ਕਮਰਸ਼ੀਅਲ ਪੁਆਇੰਟ ਆਫ ਸੋਚਣਾ ਪੈਂਦਾ ਹੈ ਕਰਨਾ ਪੈਂਦਾ ਹੈ ਹਨ ਐਸ ਅ ਫਰੈਂਡ ਵੀ ਲਾ ਲੋ ਤਮੇ ਕਮਰਸ਼ੀਅਲ ਸੋਚਣਾ ਪੈਂਦਾ ਚਾਹੇ ਕਿਉਂਕਿ ਇਨਵੈਸਟਮੈਂਟਸ ਤਾਂ ਹਰ ਇੱਕ ਪ੍ਰੋਜੈਕਟ ਚ ਕਿੰਨੇ ਕਿੰਨੇ ਬਰਾਬਰ ਜੀ ਲੱਗਦੀ ਹੈ ਹਨ ਫਿਰ ਕਹਿ ਸਕਦੇ ਆ ਕਿ ਦੋਨਾਂ ਦਾ ਬੈਲੈਂਸ ਹੋਣਾ ਜ਼ਰੂਰੀ ਹੈ ਇੱਕ ਇੱਕ ਸਾਈਡ ਨਹੀਂ ਆਪਾਂ ਕਰ ਸਕਦੇ ਇਸ ਚੀਜ਼ ਨੂੰ ਇਹ ਇਹ ਰਿਐਲਿਟੀ ਹੈ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਐਕਸੈਪਟੈਂਸ ਹੈ ਹਰ ਚੀਜ਼ ਦੀ ਲਾਈਕ ਯੂ نو ਕਿ ਕੀ ਚੀਜ਼ ਹੈ ਜਿੱਦਾਂ ਤੁਸੀਂ ਕਿਹਾ ਕਿ ਹਾਂ ਇਹ ਗਾਣੇ ਦੇ ਨਾਲ ਸਾਨੂੰ ਪਤਾ ਕੀ ਸ਼ੋਅ ਨਹੀਂ ਸ਼ੋਅ ਨਹੀਂ ਮਿਲਨੇ ਨਹੀਂ ਮਿਲਨੇ ਤੇਸੀ ਚਾਂਦੇ ਵੀ ਨਹੀਂ ਕਿਉਂਕਿ ਪਹਿਲੇ ਗਾਣੇ ਤੋਂ ਬਾਅਦ ਤਾਂ ਅਟ ਲੀਸਟ ਅਸੀਂ ਇਹ ਚਾਹੁੰਦੇ ਹਾਂ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚ ਜੇ ਕਿਉਂਕਿ ਦੇਖੋ ਸਿੰਗਰ ਬਹੁਤ ਨੇ ਹਨ ਮੇਰੇ ਆਣ ਵਾਲੇ ਪ੍ਰੋਜੈਕਟ ਵੀ ਐਜ਼ ਐਨ ਰਾਈਟਰ ਇਹਦੇ ਹੋਰ ਸਿੰਗਰਸ ਨਾਲ ਬਹੁਤ ਸਾਰੇ ਆ ਰਹੇ ਨੇ ਹਨ ਤੇ ਆ ਵੀ ਚੁੱਕੇ ਆ ਹਨ ਤੇ ਆ ਵੀ ਰਹੇ ਆ ਬਟ ਸਿਰਫ ਇਨਾਂ ਨੂੰ ਫਰਕ ਹੁੰਦਾ ਹੈ ਕਿ ਮੈਂ ਚਲੋ ਆਊਟ ਆਫ ਦਾ ਟੋਪਿਕ ਹੈ ਬਟ ਮੈਂ ਚਾਹੁੰਦਾ ਕਿ ਜਿਹੜਾ ਵੀ ਸਿੰਗਰ ਨਵੇਂ ਆਣ ਜਾਂ ਕੋਈ ਵੀ ਹੋਣ ਥੋੜਾ ਬਹੁਤਾ ਸਿੱਖ ਲੈ ਮੈਨੂੰ ਕਿੰਨਾ ਕਿ ਸਾਰਾ ਹੀ ਸਿੱਖ ਲੋ ਹਨ ਸਿੱਖਣ ਤੇ ਉਮਰ ਗਾਲ ਦੋ ਪਰ ਇੰਨਾ ਕੋ ਸਿੱਖ ਲੈਣ ਕਿ ਗਾ ਇੱਕ ਰਾਈਟਰ ਨੂੰ ਦਾ ਇਨਸਾਫ ਮਿਲ ਜੇਗਾ ਇੱਕੀ ਦਾ ਹਨਾ ਇੱਕ ਇਨਸਾਫ ਚਾਹੀਦਾ ਕਿ ਪ੍ਰੋਡਕਟ ਅੱਛਾ ਹੋਵੇ 뮤ਜ਼ਿਕ ਸੋਨਾ ਹੋਵੇ ਚਲੋ ਵੀਡੀਓ ਚਾਹੇ ਮੈਂ ਇੱਕ ਵੀਡੀਓ ਡਾਇਰੈਕਟਰ ਵੀਡੀਓ ਇੱਕ ਲਾਸਟ ਸਬਜੈਕਟ ਹੈ ਕਿਤੇ ਨਾ ਕਿਤੇ ਬਟ ਆਡੀਓ ਕੰਟੈਂਟ ਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ ਕਿ ਉਹ ਰਾਈਟਰ ਦਾ ਇੱਕ ਇਨਸਾਫ ਹੈ ਆਡੀਓ ਕੰਟੈਂਟ ਫਿਰ ਉਹਨੂੰ ਪ੍ਰੈਜੈਂਟੇਸ਼ਨ ਚੰਗੀ ਕਰ ਦੋ ਹਨਾ ਅਸੀਂ ਇਹੀ ਹੈ ਕਿ ਜਿੰਨੇ ਵੀ ਇਹਦੇ ਆਣ ਵਾਲੇ ਗਾਣੇ ਆ ਜਿਹੜੇ ਬਣ ਚੁੱਕੇ ਆ ਉਹ ਮੈਂ ਅਸੀਂ ਖੁਦ ਆਪ ਦੇਖ ਰਿਹਾ ਅਸੀਂ ਕਿਸੇ ਨੂੰ ਗਾਣਾ ਦੇ ਕੇ ਅਸੀਂ ਇਹ ਨਹੀਂ ਕਰ ਰਹੇ ਕਿ ਪੈਸੇ ਲਿੱਤੇ ਗਾਣਾ ਦੇਤਾ ਨਹੀਂ ਸਾਨੂੰ ਚਾਹੇ ਪੈਸੇ ਨਾ ਮਿਲਣ ਇਹ ਰਿਐਲਿਟੀ ਹੈ ਹਨਾ ਪੈਸੇ ਨਾ ਮਿਲਣ ਪਰ ਕੰਟੈਂਟ ਵਧੀਆ ਹੋਣਾ ਜ਼ਰੂਰੀ ਹੈ ਚਾਹੇ ਕੋਈ ਸਿੰਗਰ ਦਾ ਪਹਿਲਾ ਗਾਣਾ ਚਾਹੇ ਨਾਮਵਰ ਸਿੰਗਰ ਨੇ ਅਸੀਂ ਕਿਸੇ ਨੂੰ ਗਾਣਾ ਦੇ ਕੇ ਨਹੀਂ ਵੇਣਾ ਚਾਹੇ ਨਾਂ ਗਾਣੇ ਅਸੀਂ ਇਹ ਸਾਡੀਆਂ ਪਹਿਲੀਆਂ ਪਲਾਨਿੰਗਸ ਹੈ ਇਹ ਨਹੀਂ ਕਿ ਜੇ ਕੋਈ ਬਹੁਤ ਵੱਡੇ ਨਾਮ ਦੇ ਸਿੰਗਰ ਨੇ ਉਹ ਗਾਣਾ ਲੱਕੇ ਸਾਲ ਗਾਣਾ ਨਾਵੇ ਹਨਾ ਫਿਰ ਉਹਦੀ ਬਜਾਏ ਅਸੀਂ ਆਪ ਕਰ ਲਈਏ ਨਾਂ ਚੱਲੇ ਕੋਈ ਗੱਲ ਨਹੀਂ ਸੈਟੀਸਫੈਕਸ਼ਨ ਦਾ ਹੈ ਹਨਾ بس ਇਹ ਹੀ ਇਕ ਜੀ ਜਿਨਨੇ ਵੀ ਇਹਦੇ ਗਾਣੇ ਆਣਗੇ ਤੁਸੀਂ ਦੇਖੋਗੇ ਇਹ মিডিਆ ਦੇ ਸਾਹਮਣੇ ਹੀ ਗੱਲ ਹੈ ਸਾਰੇ ਪ੍ਰੈਜੈਂਟੇਸ਼ਨ ਅੱਛੀ ਕਰਨੀਆਂ ਹਿੱਟ ਹੋਣ ਫਲੋਪ ਹੋਣ ਉਹ ਡਾਜ਼ਨ ਮੈਟਰ ਉਹ ਮੈਟਰ ਨਹੀਂ ਕਰਦਾ ਬਟ ਇੱਕ ਟਾਈਮ ਤੱਕ ਇਹ ਜੀ ਇਹ ਚੀਜ਼ ਵੀ ਤੁਸੀਂ ਮੰਨਦੇ ਹੋ ਕਿਉਂਕਿ ਇੱਕ ਟਾਈਮ ਬਾਅਦ ਇੱਕ ਆਰਟਿਸਟ ਨੂੰ ਵੀ ਹੋਣਾ ਪੈਂਦਾ ਕਿ ਯਾਰ ਉਹ ਗਾਣਾ ਕਦੋਂ ਮਿਲੇਗਾ ਕਿ ਜਦੋਂ ਮਤਲਬ ਹਾਈਪ ਮਿਲ ਜਾਏਗੀ ਉਹਦੇ ਗਾਣੇ ਹੈਨਾ ਇੱਕ ਆਰਟਿਸਟ ਨੂੰ ਇੱਕ ਆਰਟਿਸਟ ਦੀ ਫੇਸ ਵੈਲਿਊ ਬਣ ਜਾਊਗੀ ਹੈਨਾ ਜੇ ਤੁਸੀਂ ਕਹਿ ਰਹੇ ਹੋ ਕਿ ਹਿੱਟ ਹੋਣੀ ਹੈ ਫਲॉप ਹੋਣ ਉਹ ਫਰਕ ਨਹੀਂ ਪੈਂਦਾ ਬਟ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਜ਼ਰੂਰ ਆਉਂਦਾ ਹੈ ਕਿ ਜਦੋਂ ਉਹ ਸੋਚਦਾ ਹੈ ਯਾਰ ਕਿ ਹੁਣ ਤੇ ਇੰਨੀ ਟਾਈਮ ਮਿਹਨਤ ਹੋ ਗਈ ਹੈ ਕਰ ਰਹੇ ਆ ਜੀ ਇਹ ਇਹ ਸਬਰ ਹੈ ਇਹ ਆ ਹੀ ਜਾਂਦਾ ਹੈ ਜੇ ਆਪਾਂ ਲੱਗੇ ਰੋ ਲੱਗੇ ਰੋ ਲੱਗੇ ਰੋ ਹੁਣ ਮੈਂ 2017 ਦੇ ਵਿੱਚ ਵੀਡੀਓ ਕਰਨੀ ਸ਼ੁਰੂ ਕੀਤੀ ਸੀ ਮੈਂ ਪਹਿਲੀ ਵੀਡੀਓ ਐਜ਼ ਅ ਡਾਇਰੈਕਟਰ 2017 ਦੇ ਵਿੱਚ ਕੀਤੀ ਉਸ ਤੋਂ ਬਾਅਦ ਗਾਣਾ ਮੇਰਾ 18 ਚ ਬਹੁਤ ਜ਼ਿਆਦਾ ਚੱਲਿਆ ਮੁੰਡਾ ਸੀ ਵਿਕਰਮ ਮੇਸ਼ਰ ਹਨ ਉਹਦਾ ਕਲੇਸ਼ੀਅਨ ਗਾਣਾ ਬਹੁਤ ਜ਼ਿਆਦਾ ਚੱਲਿਆ ਸੀ ਐਸ ਦਿਨ ਹਨ ਤੇ ਬਟ ਉਸ ਤੋਂ ਬਾਅਦ ਵੀ 2 ਸਾਲ ਮੈਨੂੰ ਕੋਈ ਕੰਮ ਹੀ ਨਹੀਂ ਆਇਆ ਕੋਈ ਕੰਮ ਨਹੀਂ ਆਇਆ 2020 ਲੋਕਡਾਊਨ ਚ ਕੰਮ ਆਣਾ ਸ਼ੁਰੂ ਹੋਇਆ ਹਨ ਉਹ ਗਾਣਾ ਚੱਲਣ ਦੇ ਬਾਵਜੂਦ ਕੰਮ ਨਹੀਂ ਆਇਆ ਸੋ ਇਹ ਇਹ ਚੀਜ਼ ਜ਼ਰੂਰੀ ਨਹੀਂ ਆ 2020 ਤੋਂ ਲੈ ਕੇ ਹੁਣ 2022 ਚੱਲ ਰਿਹਾ ਹਨ ਮਤਲਬ 26 ਤੋਂ 30 ਵੀਡੀਓਜ਼ ਮੈਂ ਕਰ ਚੁੱਕਾ ਹਨ ਜਿਹੜੀਆਂ ਰੈਗੂਲਰ ਹਰ ਮਹੀਨੇ ਹੁਣ ਇੱਕ ਦੋ ਆ ਰਹੀਆਂ ਹਨ ਸੋ ਇਹ ਜੀ ਆਪਾ ਲੱਗੇ ਰਵਾਂਗੇ ਇਹ ਇਨਾਂ ਲਈ ਸਿੱਖਣ ਦੀ ਗੱਲ ਹੀ ਐ ਸਿੱਖ ਵੀ ਜਾਏਗਾ ਹਨ ਤੇ ਸਿੱਖ ਵੀ ਰਿਹਾ ਤੇ ਇਹ ਲੱਗੇ ਰੋ ਲੱਗੇ ਰੋ ਲੱਗੇ ਰੋ ਬਣ ਜਾਣਾ ਆਪਣੇ ਆਪ ਹੀ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਕਲਿੱਕ ਕਰ ਜਾਣੀ ਐ ਆਡੀਅנס ਦਾ ਤਾਂ ਪਤਾ ਹੀ ਨਹੀਂ ਨਾ ਬਿਲਕੁਲ ਆਡੀਅנס ਦਾ ਕੋਈ ਪਤਾ ਨਹੀਂ ਸਾਡਾ ਗਾਣਾ ਪੰਜ 6 ਲੱਖ ਤੇ ਖੜਿਆ ਹਨ ਹੋ ਸਕਦਾ ਹੈ ਕਿ ਕੱਲ 5 ਮਿਲੀਅਨ ਤੇ ਹੋ ਜੇ ਹੂੰ ਯੂ ਨੇਵਰ ਹੋ ਸਕਦਾ ਇੱਥੇ ਹੀ ਖੜ ਜੇ ਹਨ ਸੋ ਸਾਨੂੰ ਵਧੀਆ ਲੱਗਦੀ ਓ ਚੀਜ਼ ਕਰ ਹੂੰ ਕਰ ਲੈਣੀ ਚਾਹੀਦੀ ਓ ਚੀਜ਼ ਵਧੀਆ ਲੱਗਦੀ ਐ ਮੈਨੂੰ ਲੱਗਦਾ ਕਿ कि एक डिस्पाइट ऑफ बीइंग बबल आर्टिस्ट या एक बबल दी तरह की एकदम बने और फट गया है ना और जगह तुम एक चंगा है ना अपना एक एक प्रैक्टिस एक कंटीन्यूअस सिक्योरेट लर्निंग होनी long चाहिए दी है ना लॉन्ग रन ਦੇ ਵਿੱਚ ਅਗਰ ਚੱਲਣਾ ਹੈ ਤੇ ਉਹ ਚੀਜ਼ ਬਹੁਤ ਜਲਣਾ ਚਾਹੀਦਾ ਕਿ ਜੇ ਮੇਰੇ ਗਾਣਾ ਫਲੋਪ ਹੋ ਗਿਆ ਕੋਈ ਚੱਕਰ ਨਹੀਂ ਅਗਲਾ ਕਰੋ ਹਮ ਅਗਲੇ ਤੇ ਫੋਕਸ ਕਰੋ ਅਗਲੇ ਤੇ ਫੋਕਸ ਉਹਦੇ ਤੇ ਰੋਕ ਜਪਨਾ ਹਾਂ ਤੂੰ ਸੋਚੋ ਹੀ ਨਾ ਕਿ ਮੇਰੇ ਕੋਲੇ ਆਖਰੀ ਕੰਟੈਂਟ ਹੈ ਨਾ ਇਹ ਤਾਂ ਸੋਚੋ ਹੀ ਨਾ ਉਹ ਲਿਖਣ ਵਾਲੇ ਬੰਦੇ ਕੋਲ ਤਾਂ ਇਹ ਸੋਚ ਨਹੀਂਦਾ ਕਿ ਕਿ ਬਹੁਤ ਕੁਝ ਹੈ ਲਿਖਣ ਨੂੰ ਰਾਈਟ ਉਨੇ ਇੱਕ ਅਸੀਂ ਗਾਣਾ ਲਿਖਿਆ ਚਲੋ ਅ ਅ ਸ਼ਬਦਾਵਲੀ ਤੇ ਗਾਣਾ ਹੈ ਹੁਣ ਸਾਨੂੰ ਜੇ ਅਸੀਂ ਕਮਰਸ਼ੀਅਲ ਪੁਆਇੰਟ ਆਫ ਤੋਂ ਨਾਲ ਸੋਚੀਏ ਤਾਂ ਸਾਨੂੰ ਇਨਵੈਸਟ ਨਹੀਂ ਕਰਨਾ ਚਾਹੀਦਾ ਉਸ ਗਾਣੇ ਤੇ ਬਟ ਜੇ ਅਸੀਂ ਦੇਖੀ ਅ ਅੱਜਕੱਲ ਦਾ ਮਾਹੌਲ ਹਨਾ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਪੰਜਾਬੀ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ ਹੈ ਹਨਾ ਮੈਨੂੰ ਲੱਗਦਾ ਊੜਾੜਾ ਲੋਕਾਂ ਨੂੰ ਆਂਦਾ ਹੀ ਨਹੀਂ ਅਸਲ ਚ ਆਂਦਾ ਹੀ ਨਹੀਂ ਹਨਾ ਸਕੂਲਾਂ ਚ ਪੜਾਇਆ ਹੀ ਨਹੀਂ ਜਾ ਰਿਹਾ ਹੁਣ ਅਸੀਂ ਊੜੇੜੇ ਨੂੰ ਇਸ ਤਰੀਕੇ ਨਾਲ ਇਨੇ ਲਿਖਿਆ ਹੈ ਹਨ ਤੇ ਜਦੋਂ ਮੈਂ ਸੁਣਿਆ ਉਹ ਇਸ ਤਰੀਕੇ ਨਾਲ ਲਿਖਿਆ ਕਿ ਲੋਕ ਕੀ ਗਾਣਾ ਸੁਣਨ ਲਈ ਊੜੇੜਾ ਯਾਦ ਕਰ ਲੈਣਗੇ ਹਨ ਤੇ ਤੁਸੀਂ ਸੁਣਿਓ ਜਦੋਂ ਵੀ ਹਨਾ ਆਪਾਂ ਸੁਣ ਸਕਦੇ ਹਾਂ ਇਸ ਵੇਲੇ ਅਦਰ ਪੋਸਿਬਿਲਟੀ ਹੈ ਜੀ ਪਲੀਜ਼ ਮੈਂ ਜਾਉਂਗੀ ਊੜਾ ਉਹ ਤੇ ਊੜਾ ਉਸ ਤੋਂ ਅਸੀਂ ਦੂਰ ਨਹੀਂ ਹੋ ਸਕਦੇ ਐੜਾ ਯਖਰੇ ਐੜਾ ਯੱਦਾ ਕਦੇ ਪੂਰੇ ਨਹੀਂ ਹੋ ਸਕਦੇ ਈੜੀ ਇਸ਼ਕ ਤੇ ਈੜੀ ਇਕਤਰਫਾ ਕਿਤੇ ਦੂਰੇ ਨਹੀਂ ਹੋ ਸਕਦੇ ਸੱਸਾ ਸਬਰ ਮੇਰਾ ਸੱਸਾ ਸ਼ਕਲ ਉਹਦੀ ਕਿਤੇ ਹੋਰ ਨਹੀਂ ਹੋ ਸਕਦੇ ਹਾ ਹਾ ਹੋਸ਼ ਕਿੱਥੇ ਹਾ ਹਾ ਹਸ ਲਈਏ ਅਸੀਂ ਆਪਣੇ ਹੀ ਹਾਲਾਤਾਂ ਤੇ ਕੱਕਾ ਕੀ ਕੀਤਾ ਕੱਕਾ ਕਿਸਮਤ ਨੇ ਅਸੀਂ ਰੁੱਲ ਗਏ ਜਜ਼ਬਾਤਾਂ ਚ ਖਖਾ ਖਬਰ ਨਹੀਂ ਖਖਾ ਖੈਰ ਹੋਵੇ ਉਸ ਦੀਆਂ ਲੰਮੀਆਂ ਬਾਟਾਂ ਤੇ ਗੱਗਾ ਗੱਲ ਹੋਵੇ ਗੱਗਾ ਗਲ ਲੱਗ ਕੇ ਉੜੀ ਕਿਆ ਉਸ ਦੀਆਂ ਰਾਤਾਂ ਚ ਕੱਗਾ ਕਰਿਓ ਦਾ ਨਈਆ ਖਲੀਏ ਜਦ ਵੀ ਨਜ਼ਰੀ ਪੈ ਜਾਵੇ ਚੱਚਾ ਚਾਨਣ ਜਿਹੀ ਚੱਚਾ ਚਾਨਣ ਕਰੇ ਜਦ ਆਣ ਚੁਬਾਰੇ ਬਹਿ ਜਾਵੇ ਸੋਨ ਚਲ ਵਾਓ ਸੋ ਇਹ ਇਹ ਕਦੋਂ ਦਾ ਤੁਸੀਂ ਬਣਾ ਕੇ ਰੱਖਿਆ ਸੀਗਾ ਕਦੋਂ ਦੀ ਪਲਾਨਿੰਗ ਸੀ ਕੀ ਇਹ ਕਰਨਾ ਹੈ ਤੇ ਕਦੋਂ ਇਹ ਰਿਲੀਜ਼ ਹੋਊਗਾ ਇਹ ਜਸਟ ਹਫਤਾ ਤੋਂ ਪਹਿਲਾਂ ਹੀ ਲਿਖਿਆ ਹਫਤਾ 10 ਦਿਨ ਪਹਿਲਾਂ ਹਾਂਜੀ ਹਮ ਦਟ ਇਸ ਕਿ ਮੇਰਾ ਮੇਨ ਮੋਟਿਵ ਹੈ ਸੀਗਾ ਕਿ ਪੰਜਾਬੀ ਦੀ ਤਰਾਸਦੀ ਤੇ ਇੱਕ ਇਸ਼ਕ ਦੀ ਤਰਾਸਦੀ ਦੋਵਾਂ ਨੂੰ ਇਕੱਠੇ ਕਰਕੇ ਇੱਕ ਉਹ ਦੋ ਐਕਚੁਅਲੀ ਨਾ ਦੋ ਅਲੱਗ-ਅਲੱਗ ਕਹਾਣੀਆਂ ਪੰਜਾਬੀ ਦਾ ਪੰਜਾਬੀਦ ਨੂੰ ਜੇ ਆਪਾਂ ਦੇਖੀਏ ਤਾਂ ਉਹ ਵੀ ਮੈਂ ਖੁਦ ਬੋਲਦਾ ਬੋਲਦਾ ਕਿੰਨੀ ਇੰਗਲਿਸ਼ ਬੋਲ ਲੂੰਗਾ ਠੀਕ ਹੈ ਕਿਉਂ ਕਿ ਕਿਉਂਕਿ ਇਹ ਜ਼ਰੂਰੀ ਵੀ ਆ ਬੋਲਣੀ ਇਹ ਨਹੀਂ ਵੀ ਨਹੀਂ ਬਟ ਪੰਜਾਬੀ ਨਹੀਂ ਬੋਲਣੀ ਜਿੱਥੋਂ ਮੈਂ ਮੇਰੇ ਰੂਟਸ ਨੇ ਉਹ ਨਹੀਂ ਬੋਲ ਸਕਦਾ ਜਿੰਨੇ ਕਰਕੇ ਮੈਂ ਰੋਟੀ ਖਾਣੀ ਆ ਮੈਂ ਉਹ ਨਹੀਂ ਬੋਲ ਸਕਦਾ ਹਨਾ ਸੋ ਪੰਜਾਬੀਅਤ ਨੂੰ ਜੀ ਪੰਜਾਬੀਅਤ ਦੀ ਤਰਾਜ਼ੀ ਦੀ ਸੈਡਨੈਸ ਤੇ ਇਸ਼ਕ ਦੀ ਸੈਡਨੈਸ ਨੂੰ ਆਨੂੰ ਜੋੜ ਕੇ ਇੱਕ ਗਾਣਾ ਬਣਾ। ਇਹੰਦਾਂ ਮਾਡਰਨ ਵੇ ਮਿਊਜ਼ਿਕ ਲੈ ਕੇ ਅਸੀਂ ਕੁਝ ਕਰਾਂਗੇ ਤਾਂ ਕਿ ਲੋਕ ਸੁਣਣ ਹੀ ਸੁਣੇ। What a unique idea. ਮਤਲਬ ਇਹ ਕਿਸੇ ਨੇ ਮਿਲਦਾ ਸੋਚਿਆ ਵੀ ਨਹੀਂ ਹੋਗਾ ਹਜੇ ਤੱਕ ਹੈ ਨਾ। ਉਹੀ ਏਸੀ ਚੀਜ਼ ਆ ਵੀ ਜੇ ਕੋਈ 10 ਜਣੇ ਇੱਕ ਸੇਮ ਰੀਡ ਕਰ ਰਹੇ ਆ ਤੇ ਜੇ ਤੁਸੀਂ 11ਵੀਂ ਕਰ ਦੋਗੇ ਤੁਸੀਂ ਕੋਈ ਤੀਰ ਨਹੀਂ ਮਾਰ ਰਹੇ। But if you are doing something differently to hatke so obviously ਤੁਸੀਂ ਕਰੋਗੇ। ਬਿਲਕੁਲ। ਤਾਂ ਅੱਜ ਨਹੀਂ ਕੱਲ ਨਹੀਂ ਤੁਸੀਂ ਏ ਸੈਟੀਸਫੈਕਸ਼ਨ ਚੋਂ ਕਿ ਮੈਂ ਕੁਝ ਵੱਖਰਾ ਕੀਤਾ ਵੱਖਰਾ ਕੀਤਾ ਬਿਲਕੁਲ ਤੇ ਤੁਹਾਡਾ ਨਾਮ ਬੜਾ ਪਿਆਰਾ ਅੱਖਰ ਹੈ ਨਾ ਸੋ ਇੱਕ ਇਨਾਮ ਘੜਦਿਆਂ ਰੱਖਿਆ ਹੈ ਕਿ ਆਪ ਅੱਖਰਾਂ ਦੇ ਨਾਲ ਖੇਡਦੇ ਖੇਡਦੇ ਤੁਸੀਂ ਮਤਲਬ ਆ ਨਾਮ ਜਿਹੜਾ ਹੈ ਇਹ ਟਾਈਪ ਕੀਤਾ ਤੁਸੀਂ ਹੁਣੇ ਜਿਹੜਾ ਸੁਣ ਕੇ ਟਿਕਾਣਾ ਸ਼ਬਦਾਵਲੀ ਤੇ ਇਹ ਅੱਖਰ ਹੀ ਹੈ ਓਕੇ ਉਹ ਅੱਖਰਾਂ ਦਾ ਹੀ ਅੱਖਰ ਹੈ ਮਤਲਬ ਅੱਖਰਾਂ ਚੋਂ ਨਿਕਲ ਕੇ ਅੱਖਰਾਂ ਚ ਮੁੱਕ ਜਾਣਾ ਠੀਕ ਹੈ ਇਹ ਅੱਖਰ ਅੱਖਰਾਂ ਤੇ ਰੁਕ ਜਾਣਾ ਦੱਸ ਕਿ ਉਹ ਇੱਕ ਸਿੰਪਲ ਹੀ ਕੁਛ ਨਹੀਂ ਹੈ ਮਤਲਬ ਮੇਰੇ ਰਾਈਟਿੰਗ ਮੇਰੇ ਅੰਦਰ ਤੇ ਮੈਂ ਰਾਈਟਿੰਗ ਨੂੰ ਹੀ ਮੁੱਖ ਰੱਖਿਆ ਅੱਖਰ ਰੱਖਿਆ ਤੇ ਕਦੀ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਤਾਂ ਨਹੀਂ ਕਿ ਮੈਂ ਯਾਰ ਇੱਕ ਜੌਬ ਕਰ ਰਿਹਾ ਹੈ ਨਾ ਔਰ ਓਲਰੇਡੀ ਤੇ ਇਹ ਇਦਾਂ ਦੀ ਲਾਈਨ ਹੈ ਸਟਰਗਲ ਵੈਸੇ ਹਰ ਚੀਜ਼ ਦੇ ਵਿੱਚ ਹੈ ਹਰ ਜਗ੍ਹਾ ਹਰ profession ਦੇ ਵਿੱਚ ਹੈ ਸਿਰਫ ਇਹ ਨਹੀਂ ਕਿ ਇੰਡਸਟਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਬਹੁਤ سارے ਆਰਟਿਸਟ ਨੇ ਬਹੁਤ سارے ਸਿੰਗਰ ਆ ਰਹੇ ਹੈ ਹੈ ਨਾ ਬਹੁਤ ਟੈਲੈਂਟ ਹੈ ਕਈ ਕਈ ਵਾਰ ਉਹ ਅੱਗੇ ਵੀ ਨਹੀਂ ਆ ਪਾਂਦਾ ਬਟ ਇੱਥੇ ਬਹੁਤ ਦੌੜ ਭੱਜ ਜਿਹੜੀ ਹੈ ਨਾ ਉਹ ਜ਼ਿਆਦਾ ਹੈ ਰਾਦਰ ਦਨ ਦੂਸਰੀਆਂ ਸੀ ਪ੍ਰੋਫੈਸ਼ਨਸ ਦੇ ਵਿੱਚ ਜਾਈ ਹੈ ਨਾ ਤਰ ਤੁਸੀਂ ਇੱਕ ਜਗ੍ਹਾ ਤੇ ਤੁਹਾਨੂੰ ਨਾ ਹੋਏਗੀ ਦੋ ਜਗ੍ਹਾ ਤੇ ਤਿੰਨ ਜਗ੍ਹਾ ਤੇ ਚੌਥੀ ਪੰਜਵੀਂ ਜਗ੍ਹਾ ਤੇ ਤੁਹਾਨੂੰ ਤੁਹਾਡਾ ਹੋ ਹੀ ਜਾਊਗਾ ਕੋਈ ਕੰਮ ਹੈ ਨਾ ਬਟ ਜਦੋਂ ਇਸ ਇੰਡਸਟਰੀ ਦੇ ਵਿੱਚ ਆਣਾ ਸੀਗਾ ਤੇ ਕਦੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਹਜੇ ਮਤਲਬ ਨਹੀਂ ਟਾਈਮ ਹੈ ਆਪਣੀ ਜੌਬ ਚੱਲ ਰਹੀ ਹੈ ਵਰਿਆ ਚੱਲ ਰਹੀ ਹੈ ਉਹਦੇ ਵਿੱਚ ਫੋਕਸ ਕਰੂ ਜ਼ਿਆਦਾ ਹਾਂ ਐਕਚੁਅਲੀ ਮੈਂ ਜਦੋਂ ਮਨ ਬਣਾਇਆ ਸੀਗਾ ਸੋ ਮੈਂ ਬਹੁਤ ਟਾਈਮ ਲਿਆ ਪਹਿਲਾਂ ਕਿ ਅਸਲ 'ਚ ਮੇਰੇ 'ਚ ਹੈ ਕੁਝ ਡਿਫਰੈਂਟ ਕੁਝ ਮੈਂ ਕਰ ਸਕਦਾ ਡਿਸੀਜਨ ਬਹੁਤ ਟਾਈਮ ਲਗਾ ਕੇ ਲਿਆ ਹਾਂਜੀ ਐਂ ਦੇ ਨਾਲ-ਨਾਲ ਜੌਬ ਕਰ ਰਹੀ ਸੀ ਮੈਂ ਸੋ ਆਫਟਰ ਥੈਟ ਮੈਂ ਇਸ ਇਦਾਂ ਆ ਕਿ ਮੈਂ ਸਟੂਡੀਓਜ਼ ਦੇ ਵਿੱਚ ਸੈਸ਼ਨ ਲਏ ਹਨਾ ਲੋਕਾਂ ਨਾਲ ਮਿਲਣਾ ਸ਼ੁਰੂ ਕੀਤਾ ਤਾਂ ਉੱਥੇ ਮੈਨੂੰ ਪਤਾ ਲੱਗਣ ਲੱਗ ਗਿਆ ਕਿ ਸਲਾਉਂਦਾ ਹਰ ਕੋਈ ਬਟ ਐਟ ਦ ਐਂਡ ਹੱਥ ਕਿਸੇ ਦੇ ਕੁਝ ਨਹੀਂ ਹੁੰਦਾ ਹਨਾ ਜਿੰਨਾ ਕਿ ਕੋਈ ਕਿੰਨੀ ਸਪੋਰਟ ਕਰ ਸਕਦਾ ਉਨੀ ਅਗਲਾ ਕਰਦਾ ਸਲਾਉਂਦੇ ਸੀ ਲੋਕ ਵੀ ਲਿਖਦਾ ਸੋਹਣਾ ਵਧੀਆ ਕਰਦਾ ਸੋ ਮੈਨੂੰ ਇੱਥੋਂ ਲੱਗਣ ਲੱਗ ਗਿਆ ਕਿ ਹਾਂ ਕਿਤੇ ਨਾ ਕਿਤੇ ਸਟੈਂਡ ਕਰੂੰਗਾ ਸੋ ਫਿਰ ਮੈਂ ਮਨ ਬਣਾਇਆ ਕਿ ਮੇਰੇ ਅੰਦਰ ਇਨ ਬਿਲਟ ਚੀਜ਼ਾਂ ਹੈਗੀਆਂ ਨੇ ਮੈਂ ਵਧੀਆ ਚੀਜ਼ਾਂ ਲਿਖੀਆਂ ਇਹ ਮਨ ਮੈਂ ਆਪਣੇ ਪੇਰੈਂਟਸ ਨੂੰ ਵੀ ਸੁਣਾਈਆਂ ਕੁਝ ਚੀਜ਼ਾਂ ਅੱਛਾ ਦੇ ਲਿਖੀ ਵਧੀਆ ਲਿਖਿਆ ਸੋਣਾ ਵੀ ਨਹੀਂ ਸੁਣਿਆ ਸੀ ਕਦੇ ਮੇਰੇ ਪਾਪਾ ਬਹੁਤ ਪੜ੍ਹਦੇਲੇ ਰਹਿੰਦੇ ਆ ਚੀਜ਼ਾਂ ਤੋਂ ਉਹ ਕਹਿੰਦੇ ਕਿ ਨਹੀਂ ਸੁਣਿਆ ਮਤਲਬ ਇਹ ਨਹੀਂ ਹੈ ਕਿ ਤੂੰ ਕੋਈ ਚੀਜ਼ ਤੋਂ ਪੜ੍ਹ ਕੇ ਲਿਖ ਲਿਆ ਤੂੰ ਉਹ ਲਿਖ ਰਿਹਾ ਕਿ ਜੋ ਸੁਣਿਆ ਹੀ ਨਹੀਂ ਜੋ ਸੁਣਿਆ ਹੀ ਨਹੀਂ ਜੋ ਅਸੀਂ ਕਿਤੇ ਦੇਖਿਆ ਨਹੀਂ ਪੜ੍ਹਿਆ ਨਹੀਂ ਮਤਲਬ ਉਹ ਚੀਜ਼ਾਂ ਨੇ ਮੈਨੂੰ ਹੋਰ ਪੁਸ਼ ਕੀਤਾ ਫਿਰ ਮਤਲਬ ਉਹਦੇ ਨਾਲ ਨਾਲ ਜਿੱਦਾਂ ਹੁਣ ਬੰਦਾ ਜੌਬ ਕਰਦਾ ਸੋ ਮੇਰੀ ਇਹ ਤਾਂ ਆਸਤੀ ਜੌਬ ਹੁੰਦੀ ਸੀ ਆਫਟਰ ਦੈਟ ਮੈਂ ਸਟੂਡੀਓ ਵਗੈਰਾ ਚ ਜਾਂਦਾ ਸੀ ਸੋ ਜਿਵੇਂ ਮੈਂ 8 9 ਵਜੇ ਆਫਿਸ ਤੋਂ ਵਾਪਸ ਆਇਆ 7 8 ਵੇ ਉਸ ਤੋਂ ਬਾਅਦ 2 ਘੰਟੇ ਖਾ ਕੇ ਆਫਟਰ ਦੈਟ ਅਸੀਂ ਸਟੂਡੀਓ ਵੜਦੇ ਸੀ ਮੈਨੂੰ ਬਜਦੇ ਸੋ ਬਾ ਚਾਰ ਸਾਢੇ ਚਾਰ ਪੰਜ ਦੈਟ ਇਜ਼ ਕਿ ਉਹ ਡਿਸਕਸ਼ਨ ਸੀ ਇਹ ਉਹ ఎవਰੀਥਿੰਗ ਤੇ ਜਿਸ ਦਿਨ ਸਟੂਡੀਓ ਨਹੀਂ ਜਾਂਦਾ ਸਿਰਫ ਗਾਣਾ ਵੀ ਬਿੰਦੇ ਸੋ ਕਿਉਂ ਕਿਉਂਕਿ ਮਿਹਨਤ ਕਰਨੀ ਪੈਣੀ ਤੁਹਾਨੂੰ ਐਂਡ ਆਈ ਥਿੰਕ ਕਿ ਕੁਝ ਪ੍ਰੋਜੈਕਟਸ ਦੇ ਵਿੱਚ ਤਾਂ ਸਾਡਾ ਇਦਾਂ ਸੀਗਾ ਕਿ ਵੀਡੀਓਸ ਅਨੇ ਪ੍ਰੋਪਰ ਮਿਲਾ ਕੇ ਕਿ ਮੈਂ ਤੋਂ ਆਫਿਸ ਗਿਆ ਆਫਿਸ ਤੋਂ ਆਇਆ ਅਗਲੇ ਦਿਨ ਆਫਿਸ ਹੀ ਗਿਆ ਅੱਛਾ ਸੁੱਤਾ ਹੀ ਨਹੀਂ ਮਿਹਰਬਾਨੀ ਕਹਿਣਾ ਜਿਹੜਾ ਕੀਤਾ ਸੀ ਸੇ ਇਦਾਂ ਹੀ ਅਸੀਂ ਮਨਾਲੀ ਸ਼ੂਟ ਕਰਕੇ ਆਏ ਤੇ ਸਿੱਧਾ ਨੂੰ ਆਫਿਸ ਤਾਰਿਆ ਬਟ ਇਸ ਬਟ ਇਹ ਹੈਕਟਿਕ ਨਹੀਂ ਹੋ ਗਿਆ ਸਕੇਜੂਲ ਮੈਮ ਜੇ ਕੁਝ ਕਰਨਾ ਤੇ ਫਿਰ ਕੁਝ ਤਾਂ ਗਵਾਉਣਾ ਪੈਣਾ ਹੰਡਾਣਾ ਵੀ ਆਪ ਹੀ ਪੜੀ ਜਾਣਾ ਬਿਲਕੁਲ ਮਤਲਬ ਕੁਝ ਵੀ ਮੈਨੂੰ ਲੱਗਦਾ ਕਿ ਸਟਰਗਲ ਨਹੀਂ ਆ ਇਹ ਤੁਹਾਡੀ ਪਾਰਟ ਹੈ ਜਰਨੀ ਹੈ ਜਰਨੀ ਹੈ ਕਰਨਾ ਪੈਣਾ ਤੁਹਾਨੂੰ ਜੇ ਨਹੀਂ ਕਰੋਗੇ ਤੇ ਸਟ੍ਰਗਲ ਸਟ੍ਰਗਲ ਕਹਿੰਦੇ ਕਿੰਨਾ ਕਿੰਨਾ ਟਾਈਮ ਗਾਡੋ ਆਪੋਸ ਲਾਈਕ ਕਿਵੇਂ ਮੈਨੂ ਕਰਨਾ ਪੈਣਾ ਮੇਰੇ ਆਪ ਦੇ ਐਂਡ ਤੇ ਆ ਮੈਂ ਹੀ ਲਿਖਣਾ ਸ਼ੁਰੂ ਕੀਤਾ ਸੀ ਮੈਂ ਇਹ ਸੁਪਨਾ ਦੇਖਿਆ ਪੂਰਾ ਵੀ ਮੈਂ ਕਰਨਾ ਫਿਰ ਉਹਦੇ ਸਤੰਗ ਕੀਤੇ ਪਹਿਲਾਂ ਕੀ ਤੇ ਬਾਅਦ ਚ ਮੈਨ ਬੜੀ ਵਧੀਆ ਚੀਜ਼ ਲੱਗੀ ਹੈ ਮਤਲਬ ਕ੍ਰਾਈ ਬੇਬੀ ਦੀ ਤਰ੍ਹਾਂ ਰੋਣਾ ਨਹੀਂ ਹੈ ਕਿਸੇ ਚੀਜ਼ ਤੇ ਹੈ ਨਾ ਉਹ ਇੱਕ ਚੀਜ਼ ਵਧੀਆ ਹੈ ਜੋ ਜੋ ਹੀ ਕਰਨੀ ਸੀ ਇਹ ਤੇ ਉਹ ਇਹ ਕਿੱਤੇ ਮੈਨੂ ਹੁੰਦਾ ਸੀ ਹਾਂ ਬਿਲਕੁਲ ਬਿਲਕੁਲ ਹੋ ਤਾਂ ਹੋ ਹੀ ਨਹੀਂ ਹਾਂ ਫਿਰ ਤਾਂ ਬੰਦਾ ਅਸਲ ਚ ਇਹ ਇਹ ਲਾਈਨ ਇਨਸਟਰਕਸ਼ਨਸ ਕਹਿ ਲਓ ਜਾਂ ਸਾਡੀਆਂ ਕਾਉਂਸਲਿੰਗਸ ਕਹਿ ਲਓ ਇਹ ਸਾਨੂੰ ਕਲੀਅਰ ਸੀ ਕਿ ਜੇ ਤੂੰ ਜੋਬ ਵੀ ਕਰਨੀ ਹੈ ਇੱਧਰ ਵੀ ਕਰਨਾ ਹੈ ਤਾਂ 24 ਘੰਟੇ ਜੋ 20 ਘੰਟੇ ਦਾ ਕੰਮ ਕਰਨਾ ਪੈਣਾ ਹੁਸਰਤ ਕਈ ਵਾਰ 22 ਘੰਟੇ ਵੀ ਕਰਨਾ ਪਵੇ ਹਨ ਸੋ ਪ੍ਰੀਪੇਅਰ ਕੋਈ ਸਾਨੂੰ ਡਿਫਿਕਲਟ ਲੱਗਦਾ ਹੀ ਨਹੀਂ ਲੋਕਾਂ ਦੇ ਕਹਿਣ ਦੀ ਹੈ ਪਰ ਮੈਨੂੰ ਲੱਗਦਾ ਅਸੀਂ ਪ੍ਰੀਪੇਅਰ ਹੋ ਕੇ ਚੱਲੇ ਆ ਇਹ ਪਹਿਲਾਂ ਪ੍ਰੀਪੇਅਰ ਲਈ ਮੈਨੂੰ ਟਾਈਮ ਦਿੱਤਾ ਮੈਂ ਕਿ ਸੋਚ ਲੈ ਹਣ ਇੱਕ ਜਦੋਂ ਟਾਈਮ ਆਇਆ ਨਾ ਮੈਮ ਕਿ ਤੁਹਾਨੂੰ ਪਤਾ ਕਿ ਮੈਂ ਹੁਣ ਇਸ ਤੋਂ ਬਾਅਦ ਕੱਲ ਚੜਨਾ ਨਹੀਂ ਤੁਹਾਡੇ ਕੋਲ ਆਹੀ 24 ਘੰਟੇ ਆ ਤੋ ਤੁਸੀਂ 24 ਘੰਟੇ ਕਦੇ ਵੀ ਸੋ ਕੇ ਨਹੀਂ ਸਪੈਂਡ ਕਰੋਗੇ ਆਈ ਥਿੰਕ ਹਾਂ ਬਿਲਕੁਲ ਆਬਵੀ ਸੋ ਉਸ ਤਰੀਕੇ ਨਾਲ ਚੱਲੋਂਗੇ ਦਾ ਆਈ ਥਿੰਕ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਖੱਟ ਜਾਊਂਗੇ ਅੱਜ ਆ ਦੋ ਚਾਰ ਸਾਲ ਜੇ ਨੀਂਦ ਖਰਾਬ ਹੋ ਵੀ ਜਾਊਗੀ ਤੇ ਅੱਗੇ ਸੋਣਾ ਹੀ ਹੈ ਜਦੋਂ ਬਿਲਕੁਲ ਕਿਤੇ ਨਾ ਕਿਤੇ ਜਦੋਂ ਜਾ ਕੇ ਸੋਣਾ ਹੀ ਹੈ ਸੋ ਜਾਂਦਾ ਕੋਈ ਮਰ ਜਾਂਦਾ ਕੋਈ ਕਿਦਾਂ ਬਟ ਐਟ ਦਾ ਐਂਡ ਜੋ ਰਹਿਣਾ ਤੁਹਾਡਾ ਨਾਮ ਤੁਹਾਡੀ ਪਛਾਣ ਉਹ ਕਿੰਨੀ ਕੁ ਗੋੜੀ ਕਰਕੇ ਗਏ ਹੋ ਕਿੰਨਾ ਕੁ ਵਧੀਆ ਕਰਕੇ ਗਏ ਹੋ ਕਿੰਨੀ ਮਿਹਨਤ ਕਰਕੇ ਗਏ ਹੋ ਤੁਹਾਡੇ ਤੇ ਬਿਲਕੁਲ ਸੋ ਇਹ ਗਾਉਣ ਦਾ ਜਿਹੜਾ ਸ਼ੌਕ ਸੀਗਰ ਇਹਦਾ ਮੈਂ ਕਿਹਾ ਕਿ ਤੁਸੀਂ ਕਿ ਮੈਨੂੰ ਬੀ ਟੈਕ ਤੋਂ ਮਤਲਬ ਜੋ ਲਿਖਦਾ ਸੀ ਉਸ ਤੋਂ ਬਾਅਦ ਵੀ ਨਹੀਂ ਪਤਾ ਸੀਗਾ ਫਿਰ ਇਹ ਆਪਣੀ ਆਵਾਜ਼ ਕਿਵੇਂ ਪਾਲਿਸ਼ ਕੀਤੀ ਕਿਵੇਂ ਕਿਸੇ ਤੋਂ ਸਿੱਖਿਆ ਗਾਉਣਾ ਸੀਗਾ ਮੈਂ ਲਿਖਦੋਂ ਨਹੀਂ ਅੱਛਾ ਗਾਉਣਾ ਤਾਂ ਇਦਾਂ ਸੀਗਾ ਕਿ ਗਾਉਣਾ ਤਾਂ ਮੇਰੇ ਮਮਾ ਕਹਿੰਦੇ ਕਿ ਤੂੰ ਛੋਟਾ ਸੀਗਾ ਜਦੋਂ ਤਨ ਬੋਲਣਾ ਵੀ ਨਹੀਂ ਹੁੰਦਾ ਸੀ ਉਦੋਂ ਵੀ ਪੰਜਵੇਂ ਕਲਾਸ ਤੋਂ ਬਹੁਤ ਗਾਣੇ ਗਾਉਂਦਾ ਸੀ ਅੱਛਾ ਸੋ ਆ ਵਾਸ ਕਿ ਮੈਨੂੰ ਗਾਉਣ ਦਾ ਸ਼ੌਕ ਸੀਗਾ ਬੜ ਲਿਖੰਦਾ ਲਿਖੰਦਾ ਸ਼ੌਂਕ ਸੀ ਗਾਉਣ ਦਾ ਵੀ ਇਦਾਂ ਕਿ ਮੈਂ ਕਦੇ ਪ੍ਰੋਫੈਸ਼ਨਲੀੋਂ ਦਾ ਨਹੀਂ ਸੋਚਿਆ ਸੀ ਪਰ ਮੈਨੂੰ ਗਾਉਣਾ ਵਧੀਆ ਲੱਗਦਾ ਸੀ ਮਨਿੰਦਰ ਗਿਲਜੀ ਦੇ ਬਹੁਤ ਗਾਣੇ ਸੁਣ ਸੁਣ ਕੇ ਮੈਂ ਉਹਨਾਂ ਨੂੰ ਇੰਪਰੂਵ ਕਰ ਕਰਕੇ ਪੇਪਰ ਤੇ ਲਿਖ ਕੇ ਸੁਣਾਇਆ ਕਲਾਸਿਸ ਚ ਉਹ ਮੈਸਲੇ ਹੋਏ ਆ ਮੈਂ ਜਾਊਂਗੀ ਕੋਈ ਇੱਕ ਗਾਣਾ ਪਲੀਜ਼ ਉਹਨਾਂ ਦਾ ਸੁਣਾ ਸਕੋ ਜੇ ਤੁਹਾਡਾ ਫੇਵਰਟ ਰਿਹਾ ਹੋਵੇ ਬੜਾ ਸਮਝਾਇਆ ਯਾਰਾ ਹਾਂ ਅੱਛਾ ਮਤਲਬ ਮੈਂ ਉਹਨਾਂ ਦੇ ਕਿਤੇ ਵੀ ਨਹੀਂ ਸਟੈਂਡ ਕਰਦਾ ਬਟ ਮੈਂ ਟਰਾਈ ਕਰਾਂ ਤੁਹਾਡੇ ਵਰਸ਼ਨ ਸੁਣ ਲੈਣੇ ਹਾਂ ਮਤਲਬ ਮੈਂ ਸੇਮ ਨਹੀਂ ਕਰ ਸਕਦਾ ਜੀ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੋ ਕਰਦਾ ਇਹ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾ ਨੂੰ ਲਾ ਲਈਆਂ ਤੂੰ ਯਾਰੀਆਂ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੋ ਕਰਦਾ ਇਹ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਆਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ ਵਾਹ ਅੱਛਾ ਕਦੀ ਇਦਾਂ ਦਾ ਨਹੀਂ ਰਿਹਾ ਕਿ ਬੜੀ ਸਾਰੀ ਮੈਂ ਆਰਟਿਸਟ ਦੇਖਿਆ ਸਿੰਗਰਸ ਵੇਖਿਆ ਨਾ ਜੋ ਕਿਸੇ ਦੇ ਇਨਫਲੂਐਂਸ ਦੇ ਵਿੱਚ ਆਉਂਦੇ ਲਾਈਕ ਜਿਹਨੂੰ ਬਚਪਨ ਤੋਂ ਸੁਣ ਰਹੇ ਹੈ ਹੈਨਾ ਜਾਂ ਆਪਣੀ ਜਵਾਨੀ ਜਾਂ ਟੀਨੇਜ ਦੇ ਵਿੱਚ ਜਿਹਨੂੰ ਸੁਣਦੇ ਹੈ ਤੇ ਉਸ ਤੋਂ ਜ਼ਿਆਦਾ ਇਨਫਲੂਐਂਸ ਹੋ ਕੇ ਉਹਨਾਂ ਦੀ ਗਾਇਕੀ ਦੇ ਵਿੱਚ ਵੀ ਦਿਖਦਾ ਬਟ ਜਦੋਂ ਤੁਸੀਂ ਆਪਣਾ ਕਰੀਅਰ ਸਟਾਰਟ ਕਰਨਾ ਸੀਗਾ ਤੁਸੀਂ ਤੁਹਾਨੂੰ ਇਹ ਚੀਜ਼ ਸੀ ਕਿ ਮੈਂ ਕਿਸੇ ਦੇ ਇਨਫਲੂਐਂਸ ਦੇ ਵਿੱਚ ਨਾਟ ਲਾਈਕ ਇਨਫਲੂਐਂਸ ਮਤਲਬ ਕਿ ਮੈਂ ਕਿਸੇ ਨੂੰ ਦੇਖ ਕੇ ਜੋ ਮੈਂ ਸਿੱਖਿਆ ਹੈ ਬਚਪਨ ਤੋਂ ਮੈਂ ਮੇਰੀ ਗਾਇਕੀ ਦੇ ਵਿੱਚ ਉਹ ਸ਼ੋ ਨਾ ਹੋਵੇ ਕਿ ਮੇਰੀ ਇੱਕ ਇੰਡੀਵਿਜੁਅਲਿਟੀ ਜਿਹੜੀ ਹੈ ਉਹ ਦਿਖਣੀ ਚਾ ਅਕਚੁਅਲੀ ਮੈਂ ਨਾ ਕਦੇ ਸੋਚੇ ਨਹੀਂ ਮੇਰਾ ਮਤਲਬ ਮੈਂ ਸ਼ੁਰੂ ਤੋਂ ਕਿਉਂਕਿ ਮੀਡਲ ਲਾਈਨ ਲਾਈਨ ਚੋਂ ਦਾ ਹੈ ਨਹੀਂ ਸੀਗਾ ਪਹਿਲਾਂ ਸੋ ਮੇਰਾ ਕਦੇ ਉਹ ਥਾਟ ਨਹੀਂ ਰਿਹਾ ਤੇ ਜਦੋਂ ਉਹਨੂੰ ਉਹ ਥਾਟ ਨਿਕਲਦਾ ਉਹ ਯੰਗ ਇਸ ਮਤਲਬ ਉਹ ਇੱਕ 15 ਤੋਂ 20 ਸਾਲ ਨਿਕਲ ਗਏ ਮੇਰੇ ਉਹ ਜਦੋਂ ਉਹਨੂੰ ਥਾਟ ਬਣਨਾ ਸੀ ਉਦੋਂ ਮੈਂ ਖੁਦ ਡਿਵੈਲਪ ਹੋ ਗਿਆ ਸੀ ਥੋੜਾ ਕਿ ਯਾਰ ਮੇਰੀ ਖੁਦ ਦੀ ਪਛਾਣ ਠੀਕ ਸੋ ਮੇਰੇ ਮੈਨੂੰ ਲੱਗਦਾ ਕਿ ਉਹ ਹੈਗੀ ਆ ਇੱਕ ਕ੍ਰੀਏਟੀਵਿਟੀ ਕਿ ਮੈਂ ਕੁਝ ਵੱਖਰੇ ਹੀ ਕਰਨਾ ਚੱਲੇ ਨਾ ਚੱਲੇ ਦਾਸ ਮੈਨੂੰ ਮੈਂ ਵੱਖਰਾ ਕਰਨਾ ਸੋ ਇੱਕ ਪਹਿਚਾਨ ਉਹੀ 뮤직 ਵਾਈਜ਼ ਵੀ ਮੇਰੇ ਕਈ ਵਾਰੀ ਸਾਡੀ 뮤직 ਪ੍ਰੋਡਿਊਸਰਾਂ ਨਾਲ ਇਨੀ ਬਹਿਸ ਹੋ ਜਾਂਦੀ ਕਿ ਰਿਜੈਕਟ ਕੀਤੀ ਮਤਲਬ ਐਕਚੁਅਲੀ ਮੈਨੂੰ ਵਧੀਆ ਬਣਾਉਂਦਾ ਹਰ ਕੋਈ ਹਰ ਹਰ ਕੋਈ ਵਧੀਆ ਕਰਦਾ ਹੈ ਕੰਮ ਵਧੀਆ ਕਰਦਾ ਬਟ ਐਟ ધ ਐਂਡ ਮੈਨੂੰ ਜੇ ਮੇਰੀ ਉਸ ਵਾਈਬ ਨਾਲ ਮੇਰੀ ਜੋ ਮੈਂ ਇੱਕ ਬੱਚਾ ਹੀ ਹੁੰਦਾ ਗਾਣਾ ਠੀਕ ਹੈ ਜੋ ਕੰਪੋਜ਼ ਕੀਤਾ ਹੈ ਜੋ ਲਿਖਿਆ ਹੈ ਬਿਲਕੁਲ ਪਰ ਜੋ ਮੈਨੂੰ ਸੀ ਨਾ ਵਾਈਬ ਨਾ ਵਾਈਬ ਨਹੀਂ ਮਿਲ ਰਹੀ ਤੇ ਮੈਂ ਨਹੀਂ ਕਰ ਰਹਾ ਮੈਂ ਫਿਰ ਉਹ ਕਹਿੰਦਾ ਬੰਦਾ ਕਹਿੰਦਾ ਯਾਰ ਫਿਰ ਤੂੰ ਆਪ ਹੀ ਕਰ ਸੋ ਐਟ ਦੈਂਡ ਉਹੀ ਹੋ ਜਾਂਦਾ ਕਿ ਬੰਦਾ ਸੋਚਦਾ ਕਿ ਫਿਰ ਤੁਸੀਂ ਸੋਚਿਆ ਕਿ ਮੈਂ 뮤직 ਵੀ ਆਪ ਹੀ ਬਣਾਉਣਾ ਸ਼ੁਰੂ ਕਰ ਦੇਵਾਂ ਪਰ ਅਜੇ ਇਹਨੂੰ ਕਰਨ ਨਹੀਂ ਦੇਣਾ ਸੋਚੀ ਦੋ ਚੀਜ਼ਾਂ ਤੇ ਫੋਕਸ ਨੇ ਡਿਸਕਸ਼ਨ ਬਹੁਤ ਵਾਰ ਕੀਤੀ ਹੈ ਕਿ ਯਾਰ ਆ ਬਣ ਨਹੀਂ ਰਿਹਾ ਗਾਣਾ ਮੈਂ ਆਪ ਹੀ ਸ਼ੁਰੂ ਕਰ ਦੇਣਾ ਮੈਂ ਕਲਾਸਿਸ ਲੈ ਲੈਣਾ ਮੈਂ ਉਹ ਲੈ ਲੈਣਾ ਫਿਰ ਜਦੋਂ ਸੁਣ ਲਈ ਦੀ ਇੰਨੀ ਕੋ ਗੱਲ ਫਿਰ ਆਪਾਂ ਹੀ ਸੋਚਦੇ ਕਿ ਕਰਾਂਗਾ ਕਦੋਂ ਇਹ ਰਾਈਟ ਇਹ ਦੋ ਚੀਜ਼ਾਂ ਵਿੱਚ ਰਹਿ ਹੈ ਨਾ ਮੇਰੇ ਕੋਲ ਫਿਰ ਬੰਦਾ ਚੱਲ ਦੋ ਘੰਟੇ ਰਹਿ ਫਿਰ ਆਪਾਂ ਹੀ ਕਹਿੰਦਾ ਕਿ ਚੱਲ ਕਿਸੇ ਹੋਰ ਕੋਲ ਜਾ ਕੇ ਦੇਖਦੇ ਹਾਂ ਹੁਣ नहीं ठीक है हाँ। मैं लगता है पहले ये चीज उसी कर लो उसके बाद आ, अच्छी चीज है स्किल्स होनी जरूरी है है ना अगर म्यूजिक बनाने वाली स्किल भी हो भी तो बहुत अच्छी चीज है सो ऐसी चाहवा कि जब अगली बार मिलिए शायद 2 घंटे वैसे नहीं, तो रेस्ट करनी जरूरी है नहीं 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 अरे नहीं वैसे तो रेस्ट करनी जरूरी है बॉडी में 6 7 घंटे तो चाहिए है बट स्टिल तुसी मेहनत बहुत कर रहे हो अखर ऐसी यही उम्मीद करेंगे कि आने वाला समय थोड़े लिए बहुत बढ़िया होवे और तुसी इतने टाइम तो प्रॉब्लम जो इंडस्ट्री दे विच हो अपना अच्छा काम ਤੁਸੀਂ ਦਿਖਾਇਆ ਇੰਡਸਟਰੀ ਨੂੰ ਹੈਨਾ ਤੁਹਾਡੀ ਦੋਨਾਂ ਦੀ ਜਿਹੜੀ ਟੀਮ ਹੈ ਉਹ ਬਹੁਤ ਅੱਛਾ ਕੰਮ ਲੈ ਕੇ ਆਵੇ ਅੱਛੇ ਪ੍ਰੋਡਕਟਸ ਲੈ ਕੇ ਆਵੇ ਔਰ ਲੋਕੀ ਬਹੁਤ ਪਸੰਦ ਤੁਹਾਨੂੰ ਕਰਨ ਔਰ ਜਿਹੜਾ ਸ਼ਬਦਾਵਲੀ ਵਾਲਾ ਗਾਣਾ ਜਿਹੜਾ ਹੈ ਹੈਨਾ ਇਹ ਜਦੋਂ ਰੀਲਿਸ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਦੱਸੋਗੇ ਸਾਰੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਤਾਂ ਇਹ ਕਿ ਕੁਝ ਯੂਨਿਕ ਆਈਡੀਆ ਜਦੋਂ ਤੁਸੀਂ ਕਨਸੈਪਟ ਸਮਝਾਇਆ ਕਿ ਆ ਇੱਕ ਮਤਲਬ ਇੱਕ ਲਵ ਜਿਹੜੀ ਲਾਈਫ ਹੈਗੀ ਹੈ ਹੈਨਾ ਇੱਕ ਪਿਆਰ ਦੀ ਵੱਖਰੀ ਹੈ ਔਰ ਜਿਹੜੀ ਪੰਜਾਬੀ ਵਾਰੇ ਜਿਹੜੀ ਅਸੀਂ ਹੈਨਾ ਉਹ ਗੱਲ ਵੱਖਰੀ ਉਹ ਜਿਹੜੀ ਦੁਜੋੜੀ ਹੈ ਉਹ ਬਹੁਤ ਪਿਆਰੀ ਕਦੇ ਮੈਂ ਜਦੋਂ ਪੂਰਾ ਗਾਣਾ ਆਇਆ ਨਾ ਮੈਂ ਉਦੋਂ ਦੇਖਿਓ ਤੁਸੀਂ ਉਹ ਸੱਚੀ ਸੁਣਨ ਵਾਲੀ ਆ ਬਹੁਤ ਹੀ ਡਿਫਰੈਂਟ ਅਜੀ ਜਾਨੇ ਕਦੀ ਨਹੀਂ ਹੈ ਜਲਦਾਵੇਂ ਤੇ ਹੈ ਨਾ ਉਸ ਬਾਰੇ ਵੀ ਫਿਰ ਗੱਲਬਾਤ ਐਕਚੁਅਲੀ ਦੀ ਆਡੀਅנס ਦੇ ਸਾਹਮਣੇ ਆਪਾਂ ਮਤਲਬ ਜੇ ਸਾਨੂੰ ਹੁਣ ਮੇਬੀ ਕੱਲ੍ਹ ਇੰਟਰਵਿਊ ਦੇ ਵਿੱਚ ਜਦੋਂ ਆਉਣਾ ਤੇ ਉਦੋਂ ਸਾਨੂੰ ਪਤਾ ਲੱਗੂਗਾ ਕਿ ਮੇਬੀ ਆਡੀਅנס ਦੇ ਮੈਂ ਕਮੈਂਟਸ ਦੇਖਦਾ ਜਾਂ ਕੁਝ ਵੀ ਹੈ ਨਾ ਉਹਨੇ ਵੀ ਆਡੀਅנס ਜਿੱਥੇ ਪ੍ਰੋ ਬੰਦਾ ਹੈ ਤੇ ਤੁਹਾਡੇ ਚੈਨਲ ਦੀ ਜਿੰਨੀ ਵੀ ਆਡੀਅנס ਹੈ ਸਾਨੂੰ ਇਹੀ ਰਿਕੁਐਸਟ ਹੈ ਕਿ ਕਮੈਂਟ ਕਰਕੇ ਦੱਸ ਦਿਓ ਬਿਲਕੁਲ ਆਬਵੀਅਸਲੀ ਦੱਸੋ ਹੈਨਾ ਔਰ ਮੈਨੂੰ ਪਤਾ ਹੈ ਕਿ ਬਹੁਤ ਅੱਛੀ ਆਡੀਅנס ਹੈ ਸਾਡੀ ਹੈਨਾ ਅੱਛੀ ਜੀ ਤੁਹਾਨੂੰ ਹਮੇਸ਼ਾ ਉਹ ਅਪਰੀਸ਼ੀਏਟ ਕਰਦੀ ਹੈ ਸੋ ਜ਼ਰੂਰ ਹੋਸੇ ਕਿ ਇਹ ਗਾਣਾ ਤੁਸੀਂ ਤੁਸੀਂ ਕਿੰਨੇ ਐਕਸਾਈਟਿਡ ਹੋ ਇਸ ਗਾਣੇ ਨੂੰ ਕੰਪਲੀਟ ਸੁਣਨ ਦੇ ਲਈ ਥੈਂਕ ਯੂ ਸੋ ਮੱਚ ਐਂਡ ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਤੁਸੀਂ ਸ਼ਾਇਰੀ ਤੋਂ ਆਪਣਾ ਜਿਹੜਾ ਲਿਖਣ ਦਾ ਸਫਰ ਸ਼ੁਰੂ ਕੀਤਾ ਸੀ ਇੱਕ ਸ਼ਾਇਰੀ ਸੁਣਾਉਂਦੇ ਜਾਓ ਸੈਟ ਹਾਂ ਬਿਲਕੁਲ ਬਿਲਕੁਲ ਅੱਦਾ ਅੱਦਾ ਕਰਦੇ ਕਰਦੇ ਅੱਧੇ ਹੋ ਗਏ ਅੱਧੇ ਕਰਕੇ ਅੱਧਾ ਅੱਖਰ ਉਹਦੇ ਬਿਨ ਤੇ ਅੱਧੀ ਉਹ ਵੀ ਮੇਰੇ ਕਰਕੇ ਜਿਵੇਂ ਅੱਧਾ ਅਦਕ ਤੇ ਅੱਧੀ ਟਿੱਪੀ ਇੱਕ ਦੂਜੇ ਬਿਨ ਅੱਧੇ ਨਹੀਂ ਵੰਡ ਭੜੀ ਨੇ ਦੇਸ਼ ਵੰਡਤਾ ਚੜਦੇ ਲੈਂਦੇ ਅੱਧੇ ਨੇ ਸਾਗਰ ਚੋਂ ਕੋਈ ਬੂੰਦ ਜੇ ਨਿਕਲੇ ਸੱਚ ਮੰਨਿਓ ਦੋਨੋਂ ਅੱਧੇ ਨੇ ਕੁੱਦੀ ਕਟਲੀ ਕੱਲਿਆਂ ਆਪਾਂ ਹੁਣ ਕਟਣੀ ਅੱਧੀ ਅੱਧੇ ਨੇ ਵਾਹ 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 ਇਹ ਮੈਂ ਪਹਿਲੀ ਵਾਰ ਸੁਣਿਆ <laughs> <laughs> बहुत प्यारा और मैं सोच लिया कि चलाना है थैंक यू सो मच एंड विश गुड लक दोनों और इस गाने के लिए बहुत मुबारक है ना सो यही उम्मीद करते हैं कि जो अगली बार मिलिए है ना एक नवी स्टेप स्टैप होवो और बहुत कुछ साढ़े को हो भी होर गला करने थैंक यू सो मच थैंक सो इस अखर सिद्धू और प्रभजोत सिंह जी uh, ਉਮੀਦ ਕਰਦੇ ਆ ਕਿ ਇਹ ਕਨਵਰਸੇਸ਼ਨ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇ ਔਰ ਜਿਵੇਂ ਤੁਹਾਨੂੰ ਪ੍ਰਭਜੋ ਜੀ ਨੇ ਵੀ ਕਿਹਾ ਹੈ ਕਿ ਜਿਹੜਾ ਅੱਖਰ ਵਾਲਾ ਜਿਹੜਾ ਗੀਤ ਹੈ ਸ਼ਬਦਾਵਲੀ ਵਾਲੀ ਵਾਲਾ ਗੀਤ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਚਾਹੁੰਦੇ ਹੋ ਜੇ ਕਿ ਹਾਂ ਉਹ ਪੂਰਾ ਸੁਣਨ ਨੂੰ ਮਿਲੇ ਔਰ ਚਾਹੁੰਦੇ ਹੋ ਕਿ ਅਗਲੀਆਂ ਲਾਈਨਸ ਕੀ ਹੈ ਜਾਨਣਾ ਸੋ ਜ਼ਰੂਰ ਕਮੈਂਟ ਕਰਕੇ ਦੱਸੋ ਮਿਲਦੇ ਆਂ ਅਗਲੀ ਵਾਰ ਉਦੋਂ ਤੱਕ ਮੈਨੂੰ ਯਾਨੀ ਕਿ ਨਿਹਮਨ ਹਾਸ ਹੁੰਦਾ ਬੇ ਇਜਾਦਤ ਸਤਿ ਸ਼੍ਰੀ ਅਕਾਲ